ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾਨੇਲੀਆ ਅਤੇ ਸਰਦਾਰ ਜਸਵੀਰ ਸਿੰਘ ਭੱਟੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ਾਮਦੀਦ ਤੁਹਾਡਾ ਅਸੀਂ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਸਵਾਗਤ ਕਰਦੇ ਹਾਂ। ਇਹ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਦੇ ਉੱਤੇ ਬਠਿੰਡਾ ਸਟੂਡੀਓ ਤੋਂ ਲਾਈਵ ਸੁਣਦੇ ਹੋ, ਜਿਸ ਦਾ ਮੁੜ ਪ੍ਰਸਾਰਨ ਰਾਤ ਨੂੰ 10:30 ਅਤੇ ਅਗਲੀ ਸਵੇਰ 5:30 ਹੁੰਦਾ। ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ, ਫੋਨ ਨੰਬਰ ਹੈ ਜੀ 9164106606 ਅਤੇ 9891106606। ਇਹਨਾਂ ਦੋ ਨੰਬਰਾਂ ਦੇ ਉੱਤੇ ਤੁਸੀਂ ਸਟੂਡੀਓ ਨਾਲ ਡਾਇਰੈਕਟ ਜੁੜ ਜਾਂਦੇ ਅਤੇ ਫਿਰ ਇੱਥੋਂ ਅਸੀਂ ਜਿਹੜੀਆਂ ਤੁਹਾਡੀਆਂ ਕਾਲਸ ਔਨ ਏਅਰ ਕਰਦੇ ਹਾਂ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਸਰਦਾਰ ਬਲਬੀਰ ਸਿੰਘ ਉਸਮਾਨਪੁਰ ਸਿਆਟਲ ਤੋਂ, ਜਗਦੇਵ ਸਿੰਘ ਸੰਧੂ ਹੋਣੀ ਸਿਆਟਲ ਤੋਂ, ਅਤੇ ਬਲਬੀ ਭਰਪੂਰ ਸਿੰਘ ਅਤੇ ਹਰਜਾਪ ਸਿੰਘ ਹੋਰੀ ਬੇਕਸਵੀਰ ਤੋਂ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਸਾਡੇ ਸਪੋਂਸਰ ਨੇ ਲਖਵਿੰਦਰ ਸਿੰਘ ਨਿਊਯਾਰਕ, ਬਾਈ ਜੀ ਗੁਰਮੀਤ ਸਿੰਘ ਬੁੱਟਰ ਹੋਰੀ ਨਿਊਯਾਰਕ ਤੋਂ, ਅਤੇ ਨਰਿੰਦਰ ਸਿੰਘ ਨਰਿੰਦਰ ਜੀ ਨਿਊਯਾਰਕ ਤੋਂ। ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਖਾਸ ਕਰਕੇ ਵਿਸ਼ੇਸ਼ ਧੰਨਵਾਦ ਮੈਂ ਕਰਨਾ ਚਾਹਾਂਗਾ ਮਹਿਤਾਬ ਸਿੰਘ ਕਾਹਲੋਂ ਹੋਰਾਂ ਦਾ, ਅਤੇ ਜਿਹੜੇ ਵਰਜੀਨੀਆ ਤੋਂ ਸਾਨੂੰ ਸਪੋਰਟ ਕਰਦੇ ਰਹਿੰਦੇ ਨੇ। ਅਤੇ ਇਸ ਦੇ ਨਾਲ ਹੀ ਮੈਂ ਖਾਸ ਕਰਕੇ ਧੰਨਵਾਦ ਹਾਂ ਅਮਨਦੀਪ ਸਿੰਘ ਬਰਾੜ ਹੋਰਾਂ ਦਾ ਵਰਜੀਨੀਆ ਤੋਂ, ਸਰਦਾਰ ਅਵਤਾਰ ਸਿੰਘ ਕਾਹਲੋਂ ਹੋਰਾਂ ਦਾ। ਅਤੇ ਰੇਡੀਓ ਪੰਜਾਬ ਟੁਡੇ ਨੂੰ ਹਮੇਸ਼ਾ ਹੀ ਮੇਰੇ ਪਰਮ ਪ੍ਰਿਯ ਮਿੱਤਰ ਜਿਹੜੇ ਨੇ ਤੁਸੀਂ ਹਮੇਸ਼ਾ ਹੀ ਮੈਂ ਉਹਨਾਂ ਕੋਲ ਜਦੋਂ ਆਉਣਾ ਅਤੇ ਉਹਨਾਂ ਦੇ ਨਾਲ ਰਹੀਦਾ ਵੀ ਹੈ। ਅਤੇ ਅਮਰਜੀਤ ਸਿੰਘ ਹੋਰਾਂ ਦੇ ਨਾਲ, ਅਤੇ ਸੋ ਰੇਡੀਓ ਪੰਜਾਬ ਟੁਡੇ ਤੁਹਾਡੇ ਨਾਲ ਹਮੇਸ਼ਾ ਹੀ ਜੁੜਿਆ ਰਹਿੰਦਾ। ਇਸ ਪ੍ਰੋਗਰਾਮ ਨੂੰ ਤੁਸੀਂ ਅੱਗੇ ਲਿਜਾਣ ਦੇ ਲਈ ਹਮੇਸ਼ਾ ਹੀ ਸਾਡੀ ਸਹਿਯੋਗ ਕਰਦੇ ਰਹਿੰਦੇ। ਅਤੇ ਬਾਈ ਅਮਰਜੀਤ ਹੋਰੇ ਹਮੇਸ਼ਾ ਹੀ ਮੈਨੂੰ ਵਰਜੀਨੀਆ ਦੇ ਵਿੱਚ ਬਹੁਤ ਦੋਸਤਾਂ ਦੇ ਨਾਲ ਰੂਬਰੂ ਕਰਾਉਂਦੇ ਰਹਿੰਦੇ ਨੇ। ਵਰਜੀਨੀਆ 'ਚ ਵੀ ਆਵਾਂਗੇ, ਨਿਊਯਾਰਕ 'ਚ ਵੀ ਆਵਾਂਗੇ, ਅਤੇ ਇਸ ਵਾਰ ਜਿਹੜਾ ਕੋਸ਼ਿਸ਼ ਕਰਾਂਗੇ ਕਿ ਨਿਊ ਜਰਸੀ ਦੇ ਵਿੱਚ ਵੀ ਆਈਏ। ਅਤੇ ਬਾਕੀ ਪ੍ਰੋਗਰਾਮ ਦੇ ਵਿੱਚ ਉਵੇਂ ਦੱਸੀ ਚੱਲਾਂਗੇ ਅੱਗੇ ਕਿੱਥੇ ਕਿੱਥੇ ਪ੍ਰੋਗਰਾਮ ਬਣਦੇ ਨੇ। ਸੋ ਸਭ ਤੋਂ ਪਹਿਲਾਂ ਵਪਾਰਕ ਸੁਨੇਹੇ ਲੈ ਲਈਏ ਅਤੇ ਫਿਰ ਸਰਦਾਰ ਜਸਵੀਰ ਸਿੰਘ ਭੱਟੀ ਹੋਰਾਂ ਨਾਲ ਜੁੜਦੇ ਹਾਂ ਜੀ। ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ। ਕੁਇਕ ਟਰੱਕ ਲਿਊਬ। जी हाँ, अकाल ट्रक एंड ट्रेलर सेंटर विनिपेग कैनेडा, जेडे हर तरह दी मेजर ते माइनर ट्रक एंड ट्रेलर रिपेयर कर दी है, DOT सेफ्टी इंस्पेक्शंस कर दी है। ए हर तरह दी ब्रेका दे काम तो लेके सस्पेंशन, टायर इंस्टॉलेशन, इलेक्ट्रिक एंड डायग्नोस, रीबिल्ड ट्रांसमिशन, डिफरेंशियल ते क्लच जॉब्स, ऑयल चेंज, हर एक काम बड़ी तसल्ली नाल कर दे है जी। ए MPI अप्रूव्ड ने, और हाँ ए सीजनल सर्विसेज भी प्रोवाइड कर दे है। 24 घंटे 7 दिन दी सर्विसेज लई ते वधेरे जानकारी लई कॉल करो 204-409-2000 या फिर कॉल करो 204-770-0460। ओए मेरे वीर, मैनू बस एक गल दस दे, भी आ जेडी तू ट्रैवलिंग करदा ओदे तो बाद फ्रेश रहना, एदा राज की है? एदा राज है अर्लिंगटन फ्यूल स्टॉप। अर्लिंगटन फ्यूल स्टॉप 1801 पायनियर स्ट्रीट हाईवे, एग्जिट 208 ते, जिथे तुहानू फ्री कॉफी, फ्री फैक्स सर्विस, फ्री ट्रक पार्किंग, रोटी, ठेका, लॉन्ड्री, शावर ते ट्रकां दा ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066, ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿੱਲ ਟ੍ਰੈਵਲ ਸੈਂਟਰ, 14814 ਐਲੋਮ ਸਟਰੀਟ, ਲੋਸਟ ਹਿਲਸ। ਫੋਨ ਨੰਬਰ 601-867-2394। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਭੱਟੀ ਹੋਰੀ ਜੁੜ ਗਏ ਨੇ। ਭੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਚੰਡੀਗੜ੍ਹ ਦੀ ਗੱਲ ਕਰੀਏ, ਸਾਡੇ ਪ੍ਰਧਾਨ ਮੁੱਖ ਮੰਤਰੀ ਸਾਹਿਬ ਨੇ ਕਿਸਾਨਾਂ ਨੂੰ ਬੁਲਾਇਆ ਸੀ, ਕਿਸਾਨ ਉੱਧਰ ਨੂੰ ਚਾਲੇ ਪਾ ਗਏ, ਪਰ ਪਤਾ ਚੱਲਿਆ ਕਿ ਮੁੱਖ ਮੰਤਰੀ ਸਾਹਿਬ ਨੇ ਗੱਲ ਤਾਂ ਕੀ ਕਰਨੀ ਸੀ, ਉਹ ਵੀ ਦਿੱਲੀ ਨੂੰ ਚਾਲੇ ਪਾ ਗਏ ਜੀ। ਪਹਿਲੀ ਗੱਲ ਤੇ ਇਹ ਹੈ ਵੀ ਕਿਸਾਨਾਂ ਨੂੰ ਉੱਥੇ ਜਾਣ ਲਈ ਮੁਆਵਜ਼ਾ ਕਿਉਂ ਨਹੀਂ? ਅੱਜ 32 ਦੇ ਵਿੱਚੋਂ 23 ਕਿਸਾਨ ਜਥੇਬੰਦੀਆਂ ਇਕੱਠੀਆਂ ਨੇ
ਡੱਲੇਵਾਲ ਸਾਹਿਬ ਨੂੰ ਪੁੱਛਿਆ ਗਿਆ, ਜਗਜੀਤ ਸਿੰਘ ਡੱਲੇਵਾਲ ਨੂੰ ਜੀ ਵੇਖੋ ਜੀ ਬਾਕੀ ਜਿੱਥੇ ਬੰਦੀਆਂ ਦੇ ਜੇ ਆਉਣੀਆਂ ਜੋਣ ਤੇ ਫਿਰ ਕਹਿੰਦੇ ਜੀ ਲੀਡਰਾਂ ਦੀ ਲੋੜ ਨੀ, ਕਿਸਾਨ ਸਾਡੇ ਨਾਲ ਜੀ। ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨੀ ਵੀ ਜਦੋਂ ਤੁਸੀਂ ਘਰ ਬੈਠ ਜਾਂਦੇ ਹੋ ਫਿਰ ਜਿਹੜੇ ਤੁਹਾਡੇ ਵਰਕਰ ਆ ਉਹ ਟੁੱਟਣੇ ਸ਼ੁਰੂ ਹੋ ਜਾਂਦੇ। ਹਾਂ ਬਿਲਕੁਲ ਬਿਲਕੁਲ, ਫੌਜੀਆਂ ਵਾਂਗੂ ਕਹਿੰਦੇ ਨਾ, ਫੌਜੀਆਂ ਵਾਂਗੂ ਕੰਮ ਲਾਈ ਰੱਖੋ। ਬਿਲਕੁਲ, ਹੋਰ ਜੁਗਰਾਹਾਂ ਸਾਹਿਬ ਵੀ ਬਾਹਰ ਨੇ, ਇਹਦੇ ਵਿੱਚੋਂ ਰਾਜੇਵਾਲ ਸਿੰਘ ਬਾਹਰ ਨੇ, ਹੋਰ ਵੀ ਜਥੇਬੰਦੀਆਂ ਬਾਹਰ ਨੇ, ਤੇਈ ਕਿਸਾਨ ਜਥੇਬੰਦੀਆਂ ਨੇ ਉੱਥੇ ਪਹਿਲਾਂ ਸਵੇਰੇ ਅੰਬ ਸਾਹਿਬ ਗੁਰਦੁਆਰੇ ਇਕੱਠੀਆਂ, ਉਹਨਾਂ ਨੂੰ ਆਸ ਸੀਗੀ ਪਰ ਮੁੱਖ ਮੰਤਰੀ ਸਾਹਿਬ ਦਾ ਸੱਦਾ ਆਊ ਜੀ ਤੇ ਗੱਲਬਾਤ ਹੋ ਜੇ। ਇਹਨਾਂ ਨੇ ਇੱਕ ਮੇਨ ਦੱਸ ਹੈ ਟੋਟਲ ਇਹਨਾਂ 13 ਮੰਗਾਂ ਦਾ ਆਪਣਾ ਇੱਕ ਜਿਹੜਾ ਅਸੀਂ ਮੰਗ ਪੱਤਰ ਤਿਆਰ ਕੀਤਾ ਸੀ, ਮੁੱਖ ਮੰਤਰੀ ਸਾਹਿਬ ਮੰਗ ਪੱਤਰ ਦੇਖ ਕੇ ਤੁਸੀਂ ਗੱਲਬਾਤ ਕੀਤੀ ਜੀ। ਦਿੱਲੀ ਦੇ ਪੈਟਰਨ ਤੇ ਬਕਾਇਦਾ ਤੌਰ ਤੇ ਉੱਥੇ ਬੱਸ ਆ ਕੇ ਖਲੋਤੀ ਵੀ ਇਹ ਕਿਸਾਨ ਉੱਥੇ ਜਾ ਕੇ ਜਿਹੜੇ ਇੱਕ ਇੱਕ ਜਥੇਬੰਦੀਆਂ ਮੁੱਕੀ ਉਹ ਮੁੱਖ ਮੰਤਰੀ ਨਾਲ ਗੱਲ ਕਰੂਗਾ, ਲੇਕਿਨ ਉਹ ਬੱਸ ਚ ਕਿਸਾਨ ਬਹਿ ਗਏ, ਉਹ ਫਿਰ ਕਰ ਦਿੱਤੇ ਗਏ। ਅੱਛਾ ਵੀ ਲੈ ਜਾਓ ਭਾਈ, ਵੀ ਅਜੇ ਨੀ, ਅਜੇ ਮੁੱਖ ਮੰਤਰੀ ਸਾਹਿਬ ਬਿਜੀ ਨੇ ਜੀ। ਤੇ ਮੁੜ ਕੇ ਖਬਰ ਆਉਂਦੀ ਆ ਵੀ ਮੁੱਖ ਮੰਤਰੀ ਸਾਹਿਬ ਤੇ ਦਿੱਲੀ ਨੂੰ ਉੱਥੇ ਉਡਾਨ ਭਰ ਚੁੱਕੇ ਨੇ, ਜਾਣੇ ਕਿੱਧਰ ਨੂੰ। ਤੇ ਫਿਰ ਕਿਸਾਨਾਂ ਨੇ ਆਪਣਾ ਹੱਲਾ ਬੋਲਿਆ ਤੇ ਪਹਿਲਾਂ ਜਿਹੜਾ ਬੈਰੀਗੇਟ ਲੱਗਾ ਸੀਗਾ ਪੰਜਾਬ ਪੁਲਿਸ ਦਾ ਉਹ ਤੋੜ ਕੇ ਤੇ ਅਗਲੇ ਬੈਰੀਗੇਟ ਜਿਹੜਾ ਚੰਡੀਗੜ੍ਹ ਪੁਲਿਸ ਨੇ ਲਾਇਆ ਸੀ ਉੱਥੇ ਜਾ ਕੇ ਬੈਠ। ਅੱਛਾ ਜੀ, ਫਿਰ ਉੱਥੇ ਗੱਲਬਾਤ ਹੁੰਦੀ ਰਹੀ, ਕਾਫੀ ਗੱਲਬਾਤ ਹੋਈ। ਹੁਣ ਕਿਹਾ ਜੀ ਸਾਈ ਨਹੀਂ ਅੱਗੇ ਜਾਣ ਦੇਣਗੇ, ਇੱਥੇ ਅਸੀਂ ਮੋਰਚੇ ਲਾ ਦਿਆਂਗੇ, ਲੇਕਿਨ ਇਹ ਮੋਰਚਾ ਜੇ ਲੱਗਦਾ ਉਸੇ ਟਰੈਕਟਰ ਤੇ ਜਿਸ ਤਰੀਕੇ ਨਾਲ ਦਿੱਲੀ ਚ ਮੋਰਚਾ ਲੱਗਾ ਸੀ, ਪੱਕਾ ਮੋਰਚਾ, ਕਿਉਂਕਿ ਕਿਸਾਨ ਆਪਣੀਆਂ ਟਰਾਲੀਆਂ ਉਸੇ ਤਰ੍ਹਾਂ ਕਹਿ ਬਿਲਕੁਲ ਕੂਲਰ ਲੱਗੇ ਨੇ ਵਿੱਚ, ਗੀਜ਼ਰ ਦੂਜੇ ਆਪਣੇ ਆਦਮੀ ਵਾਟਰ ਕੂਲਰ ਲੱਗੇ ਨੇ, ਸਭ ਕੁਛ ਟਰਾਲੀਆਂ ਚ ਪਿਆ ਵਾ ਜੀ। ਉਹ ਆਪਣੀਆਂ ਟਰਾਲੀਆਂ ਲੈ ਕੇ ਉੱਥੇ ਪਹੁੰਚਦੇ ਨੇ, ਵੱਡੀ ਗਿਣਤੀ ਸਥਾਨ ਪਹੁੰਚ ਗਈ ਤੇ ਸਰਕਾਰ ਜਿਹੜੀ ਆ ਉਹ ਬੇਰੁਖੀ ਕਿਉਂ ਪਲਾ ਰਹੀ ਇਹ ਨੀ ਪਤਾ। ਵੇਖੋ ਉਗਰਾਹਾਂ ਸਾਹਿਬ ਦੇ ਇੱਕ ਹਿਸਾਬ ਦੀ ਮੈਂ ਸੋਚ ਲਈ ਬੀ ਟਰਮ ਬੀ ਟੀ ਬਣ ਗਈ ਆਮ ਪਾਰਟੀ ਦੀ, ਕੋਈ ਕਿਹਾ ਨੀ ਕਰ ਸਕਦੇ ਕਿ ਉਹ ਗਏ ਜੀ ਉੱਥੇ, ਕਹਿੰਦੇ ਅਸੀਂ ਜਾਣ ਜੀ ਮੋਤੇ। ਕੌਣ ਕਹਿੰਦੇ ਜੀ? ਉਗਰਾਹਾਂ ਸਾਹਿਬ। ਅੱਛਾ ਜੀ, ਉਹ ਨੀ ਗਏ, ਉਹਨਾਂ ਦੀ ਪਾਰਟੀ ਨੀ ਗਈ ਉਹਦੇ ਵਿੱਚ। ਨਾ ਉਹਨਾਂ ਨੇ ਪਹਿਲਾਂ ਵੀ ਉੱਥੇ ਗਏ ਜ਼ਰੂਰ ਸੀ, ਪਰ ਉਹਨਾਂ ਨੇ ਆਪਦਾ ਜਿਹੜਾ ਸਟੇਜ ਸੀ ਮੋਰਚਾ ਸੀ ਉਹ ਪਹਿਲਾਂ ਹੀ ਅਲੱਗ ਰੱਖਿਆ ਸੀ ਦੂਜਿਆਂ ਨਾਲੋਂ। ਹਾਂਜੀ 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 ਹਾਂਜੀ। ਹੁਣ ਇਹ ਤਿੰਨ ਕਿਸਾਨ ਜਥੇਬੰਦੀਆਂ ਇਕੱਠੀਆਂ ਤੇ ਉਗਰਾਹਾਂ ਸਾਹਿਬ ਨੇ ਇੰਨੀ ਗੱਲ ਜ਼ਰੂਰ ਕੀਤੀ ਸੀ ਪ੍ਰੈਸ ਕਾਨਫਰੰਸ ਕਰਕੇ ਕਿ ਸਾਨੂੰ 1500 ਜੀ ਡਾਇਰੈਕਟ ਬਜਾਈ ਦੇ ਮਨਜ਼ੂਰ ਨਹੀਂ, ਸਾਨੂੰ 10000 ਰੁਪਏ ਦਿੱਤਾ ਜਾਵੇ ਜੀ। ਚੰਗੀ ਗੱਲ, ਉਗਰਾਹਾਂ ਸਾਹਿਬ ਤੁਸੀਂ ਸਿਆਣੇ ਹੋ, ਸੁਲਝਦੇ ਹੋ, ਗੱਲ ਕਰਨੀ ਆਉਂਦੀ ਹੈ। ਜਿਹੜੇ ਲੀਡਰ ਕੋਲ ਆਪਣੇ ਕੋਲ ਗੱਲਾਂ ਦਾ ਭੰਡਾਰ ਨਹੀਂ ਹੈਗਾ ਉਹ ਮੇਰੇ ਖਿਆਲ ਸ਼ਾਇਦ ਕਾਮਯਾਬੀ ਨਹੀਂ ਹੁੰਦਾ ਜੀ। ਉੱਥੇ ਜਦੋਂ ਟੇਬਲ ਤੇ ਬੈਠੇ ਹੋ ਗੱਲਾਂ ਕਰਨ ਤੋਂ, ਗੱਲ ਕਰਨ ਦੀ ਤੁਹਾਡੇ ਕੋਲ ਸ਼ਕਤੀ ਹੋਣੀ ਚਾਹੀਦੀ। ਅੱਜ ਦੀ ਡੇਟ ਦੇ ਵਿੱਚ ਵੇਖੋ ਤੁਸੀਂ ਜੇ ਗੱਲ ਕਰ ਲਓ ਨਾ ਟੇਬਲ ਤੇ ਗੱਲ ਕਰਨ ਦੀ, ਉਹ ਅਕਾਲੀ ਦਲ ਕੋਲ ਲੀਡਰ ਹੈਗੇ ਜੀ, ਉਹ ਭਾਜਪਾ ਕੋਲ ਹੈਗੇ, ਕਾਂਗਰਸ ਕੋਲ ਹੈਗੇ, ਆਮ ਆਦਮੀ ਪਾਰਟੀ ਕੋਲ ਇਹੋ ਜਿਹੇ ਲੀਡਰ ਕੋਈ ਨੀ ਜਿਹੜੀ ਕਿ ਜਾ ਕੇ ਭਲੇ ਨਾਲ ਗੱਲ ਕਰ, ਇਸ ਗੱਲ ਤੋਂ ਉਹ ਮਾਰ ਖਾ ਰਹੇ ਨੇ ਜੀ। ਹੁਣ ਜੇ ਉਹ ਪੱਕਾ ਮੋਰਚਾ ਲੱਗਦਾ ਦਿੱਲੀ ਵਰਗਾ ਉੱਥੇ, ਤੇ ਫਿਰ ਕਿਸਾਨ ਜਿਹੜੀ ਆ ਸਰਕਾਰ ਉਹਦੇ ਲਈ ਉਹ ਬਕਾਇਦਾ ਤੌਰ ਤੇ ਜਿਹੜੀਆਂ ਉਹ ਮੁਸ਼ਕਲਾਂ ਪੈਦਾ ਹੋਣਗੀਆਂ ਜੀ। ਤੇ ਦੂਜੇ ਪਾਸੇ ਮੈਂ ਇੱਕ ਚੀਜ਼ ਹੋਰ ਨਾਲ ਜੋੜਦੇ ਆ, ਦੇ ਪੰਜਾਬ ਸਰਕਾਰ ਨੇ ਬਕਾਇਦਾ ਤੌਰ ਤੇ 10 ਕੰਪਨੀਆਂ ਕੇਂਦਰੀ ਗ੍ਰਹਿ ਮੰਤਰੀ ਕੋਲ ਮੰਤਰਾਲੇ ਕੋਲ ਮੰਗੀਆਂ ਵੀ ਸਾਨੂੰ ਸੈਂਟਰਲ ਫੋਰਸ ਨਹੀਂ ਦਿੱਤੀਆਂ ਜਾਣ ਜੀ। ਹਾਲਾਤ ਖਰਾਬ ਹੋ ਰਹੇ ਨੇ, 6 ਜੂਨ ਆ ਰਹੀ ਆ, ਕਿਸਾਨਾਂ ਦਾ ਮਾਮਲਾ ਵਾ ਭਾਈ, ਤੇ ਫਿਰ ਤੁਹਾਡੇ ਤੇ ਬੈਲੈਂਸ ਸ਼ੀਟ ਕੀ ਫਰਕ ਹੋਇਆ? ਇਹ ਫਰਕ ਆਪੇ ਤੁਸੀਂ ਕਰ ਲਓ, ਕੀ ਫਰਕ ਲੱਗੇਗਾ ਜੀ? ਜੇ ਕੇਜਰੀਵਾਲ ਸਿਰ ਇਹ ਕਹਿਣੇ ਕਿ ਪੰਜਾਬ ਦੇ ਲੋਕਾਂ ਨੂੰ ਅਸੀਂ ਜਿਹੜਾ ਅਸੀਂ ਡੰਡੇ ਦੇ ਦੂਰ ਨਾਲ ਦਬਾ ਲਾਂਗੇ, ਇਹ ਮੁਸ਼ਕਲ, ਇਹਨਾਂ ਨੂੰ ਅੰਗਰੇਜ਼ੀ ਦਬਾ ਸਕੇ ਬਾਕੀ ਕੀ ਰਹਿਣਗੇ ਜੀ। ਇਸ ਕਰਕੇ ਕਿਸਾਨਾਂ ਨੇ ਆਪਣਾ ਜਿਹੜਾ ਮੋਰਚਾ ਉੱਥੇ ਲਾਇਆ ਵਾ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਜੇ ਉਹ ਆਪਣੀਆਂ ਮੰਗਾਂ ਕਰ ਰਹੇ ਨੇ, ਦੇਖੋ ਜੀ ਤੁਸੀਂ ਸਾਨੂੰ ਝੋਨੇ ਦੀ ਜਿਹੜੀ ਲਵਾਈ ਹੈ 10 ਜੂਨ ਤੋਂ ਸ਼ੁਰੂ ਕਰਾਓ, ਕਿਉਂਕਿ ਜੇ ਝੋਨਾ ਲੇਟ ਹੁੰਦਾ ਵਾ, ਵੈਸੇ ਵੀ ਦੰਦੇ ਵਾਲੀ ਸਭ ਝੋਨਾ ਇਕੱਠਾ ਤੇ ਲੱਗ ਨਹੀਂ ਜਾਣਾ, ਨਹੀਂ ਨਹੀਂ ਇਕੱਠਾ ਨਹੀਂ ਲੱਗਦਾ ਜੀ, ਕਿਉਂਕਿ ਇਹਨੂੰ 15 ਦਿਨ ਲੱਗਣੇ ਘੱਟੇ ਕੋਲ ਝੋਨਾ ਲਾਉਣ ਜਾਂਦੇ, ਤੇ ਉਹ ਤੁਹਾਨੂੰ ਲਾਉਣ ਵਾਲੇ ਨਹੀਂ ਮਿਲਣੇ, ਤੂੰ ਕਰੋਗੇ ਤੁਸੀਂ ਕੀ? ਫਿਰ ਉਹ 500 ਰੁਪਏ ਪ੍ਰਤੀ ਕੁਇੰਟਲ ਬੋਨਸ ਮੰਗ ਰਹੇ ਆ। ਸਭ ਤੋਂ ਵੱਡੀ ਗੱਲ ਸ਼ਰਮ ਹੋਣੀ ਜੀ ਸਾਡੇ ਮੈਂਬਰ ਪਾਰਲੀਮੈਂਟ ਨੂੰ ਜੀ, ਜਿਹੜਾ ਭਾਖੜਾ ਡੈਮ ਦਾ ਹੈਗਾ ਸੀ, BMB ਦਾ ਜਿਹੜਾ ਮਾਮਲਾ ਸੀਗਾ, ਤੇ ਸਾਡੀ ਪੰਜਾਬ ਦੀ ਨੁਮਾਇੰਦਗੀ ਖਤਮ ਕੀਤੀ ਗਈ, ਸਾਡੇ ਕਿਸੇ ਵੀ MP ਨੇ ਉੱਥੇ ਠੋਕੇਬਾਜ਼ ਬੁਲੰਦ ਨਹੀਂ ਕੀਤੀ, ਸਾਰਿਆਂ ਨੂੰ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰੀ ਗਈ ਜੀ। ਕਿਸਾਨਾਂ ਨੇ ਹੁਣ ਇਹ ਮੁੱਦਾ ਚੁੱਕਿਆ ਵੀ ਅਸੀਂ ਮੰਗ ਬਣਾ ਕੇ ਰਵਾਂਗੇ, ਜਦੋਂ ਕਿ ਉਹਨਾਂ ਨੇ ਕੇਂਦਰੀ ਪੂਲ ਦਾ ਜਿਹੜਾ ਵਾ ਇਹ ਨੋਟੀਫਿਕੇਸ਼ਨ ਜਾਰੀ ਕਰਤਾ ਕੇਂਦਰ ਨੇ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਵਾਸਤੇ ਜੀ। ਦੱਸੋ, ਇਹਨਾਂ ਨੇ ਕਿਹਾ ਸੀ ਪੰਜਾਬ ਮੀਟਰ ਉੱਚਾ ਜਿਹੜਾ ਨਾ ਇੱਕ ਥਰਮਲ ਪਲਾਂਟ ਜਾਂ ਹਾਈਡਲ ਪ੍ਰੋਜੈਕਟ,
ਜਿਹਦੇ ਤੇ ਕਿਸੇ ਇੰਜੀਨੀਅਰ ਨੇ ਘੱਟੋ ਘੱਟ 20 ਸਾਲ ਕੰਮ ਕੀਤਾ ਹੋਵੇ ਉਹ ਇਹਦਾ ਮੈਂਬਰ ਬਣ ਸਕਦਾ, ਬਾਕੀ ਕੋਈ ਨੀ। ਪੰਜਾਬ ਨੂੰ ਇਹਦੀ ਪ੍ਰੋਬਲਮ ਕੋਈ ਨੀ ਹੈਗੀ ਕਿ ਪੰਜਾਬ ਦੇ ਕੋਲ ਰਣਜੀਤ ਸਾਗਰ ਡੈਮ ਦੇ ਉੱਤੇ ਕਾਫੀ ਲੋਕ ਸਾਡੇ ਹੈਗੇ ਨੇ ਜਿਹੜੇ ਰਿਟਾਇਰ ਹੋ ਚੁੱਕੇ ਵੀ, ਉਹ ਅਸੀਂ ਮੈਂਬਰ ਪਾ ਸਕਦੇ ਹਰਿਆਣੇ ਕੋਲ ਪਾ ਸਕਦੇ ਜੀ, ਟ੍ਰੇਨਡ ਨੇ ਹਰਿਆਣੇ ਕੋਲ ਨਹੀਂ ਹੈਗੇ, ਵੱਖਰੀ ਗੱਲ ਆ। ਇਸੇ ਕਰਕੇ ਜੋ ਸਾਡੇ ਕੋਲ ਸਭ ਕੁਛ ਹੈਗਾ ਤੇ ਸਾਡੀ ਨੁਮਾਇੰਦਗੀ ਖਤਮ ਕਿਉਂ ਕੀਤੀ ਜਾ ਰਹੀ ਹੈ? ਇਹ ਵੀ ਇਹਨਾਂ ਕਿਸਾਨਾਂ ਨੇ ਮੁੱਦਾ ਉਠਾਇਆ। ਬਾਕੀ ਮੰਗੀ ਮੱਕੀ ਤੇ ਮੁੱਗ ਦੀ ਜਿਹੜਾ ਕਿਹਾ ਸੀ ਵੀ ਬਾਸਮਤੀ ਦੇ ਕਿਹਾ ਸੀ ਤੁਹਾਨੂੰ ਅਸੀਂ ਜਿਹੜਾ MSP ਦੇਵਾਂਗੇ, ਕਿਉਂ ਨੀ ਫਿਰ ਨੋਟੀਫਿਕੇਸ਼ਨ ਕਰਦੀ ਪੰਜਾਬ ਸਰਕਾਰ? ਇਹੋ ਜਿਹੀ ਇਹਨਾਂ ਦੀਆਂ ਮੰਗਾਂ, ਕੋਈ 13 ਮੰਗਾਂ ਹੈਗੀਆਂ ਨੇ। ਫਿਰ ਇਹਨਾਂ ਜਿਹੜੇ ਕਿਹਾ ਸੀ ਜਿਹੜੇ ਕੇਸ ਕੀਤੇ ਇਹਨਾਂ ਨੇ ਵਰੰਟ ਜਾਰੀ ਕੀਤੇ, 22,000 ਕਿਸਾਨਾਂ ਦੇ ਵਰੰਟ ਜਾਰੀ ਕਰ ਦਿੱਤੇ ਆ ਜਿਹੜੇ ਕਿਸਾਨਾਂ ਦੇ ਕਰਜ਼ੇ ਲਏ ਸੀ। ਇੱਕ ਪਾਸੇ ਮਾਫ਼ੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ, ਦੂਜੇ ਪਾਸੇ ਤੁਸੀਂ ਇਹ ਕੰਮ ਕਰ ਰਹੇ ਹੋ। ਇਸ ਕਰਕੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬਕਾਇਦਾ ਤੌਰ ਤੇ ਮੋਰਚੇ ਲਾ ਤੇ ਦੇ ਉੱਤੇ ਲੰਗਰ ਪਕੜੇ ਸ਼ੁਰੂ ਹੋ ਗਏ ਨੇ ਜੀ, ਤੇ ਜ਼ਿੰਦਾਬਾਦ ਤੇ ਮੁੱਦਾਬਾਦ ਦੇ ਨਾਰੇ ਸ਼ੁਰੂ ਹੋ ਗਏ ਨੇ। ਪੰਜਾਬ ਸਰਕਾਰ ਲਈ ਇਹ ਬੜੀ ਵੱਡੀ ਸਿਰਦਰਦੀ ਹੋਏਗਾ, ਭਾਈ ਜਦੋਂ ਕਿਸਾਨ ਤੁਹਾਡੇ ਬੁਰੇ ਆ ਕੇ ਬੈਠੇ ਚਾਹੀਦਾ ਸੀ। ਆਪਾਂ ਪਹਿਲਾਂ ਵੀ ਜਦੀ ਗੱਲ ਕਰਦੇ ਹਾਂ ਵੀ ਪੰਜਾਬ ਦੇ ਉੱਤੇ ਪਹਿਲੀ ਵਾਰੀ ਆ ਤੇ ਰਜਵਾੜਿਆਂ ਤੇ ਮਹਾਰਾਜੇ ਛੱਡ ਕੇ ਪਹਿਲੀ ਵਾਰੀ ਕੋਈ ਗਰੀਬ ਕਿਸਾਨ ਦਾ ਪੁਤਲਾ ਵਾ ਉਹ ਮੁੱਖ ਮੰਤਰੀ ਬਣਿਆ ਜੀ ਜੀ। ਚਾਹੀਦਾ ਭਗਵੰਤ ਮਾਨ ਨੂੰ ਇਹ ਸੀ ਆਪਣੀ ਕੋਠੀ ਛੱਡਦਾ, ਗੱਡੀ ਲੈਂਦਾ, ਚੁੱਪ ਕਰਕੇ ਕਿਸਾਨਾਂ ਦੇ ਸਟੇਜ ਤੇ ਦੱਸੋ ਜੀ ਕੀ ਕਹਿੰਦੇ ਤੁਸੀਂ ਭਾਈ, ਤੂੰ ਹੀਰੋ ਨੂੰ ਪੰਜਾਬ ਦਾ ਅੱਜ ਤੇ ਜੇ ਤੂੰ ਉੱਤੋਂ ਡਾਇਰੈਕਸ਼ਨ ਲੈਣ ਵਾਲਾ ਦਿੱਲੀ ਚਲੇ ਗਿਆ ਜੋ ਮਰਜ਼ੀ ਕਰ ਲਓ ਤੁਸੀਂ, ਕਿਉਂ ਤੁਹਾਡਾ ਬੋਰੀਆ ਬਿਸਤਰਾ ਬੀਜੇਪੀ ਨੇ ਦਿੱਲੀ ਚ ਗੋਲ ਕਰ ਹੀ ਦੇਣਾ ਵਾ। ਕਿਉਂ ਗੋਲ ਕਰ ਦੇਣਾ? ਉਹਨਾਂ 3 ਕਾਰਪੋਰੇਸ਼ਨ ਕੱਟ ਕੇ ਤੇ 1 ਬਣਾਤੀ ਤੇ 1 ਕਾਰਪੋਰੇਸ਼ਨ ਕੋਲ ਪੂਰੇ ਅਧਿਕਾਰ ਹੋਣਗੇ ਦਿੱਲੀ ਸਰਕਾਰ ਦਿੱਤੇ ਜੀ, ਤੇ ਫਾਈਨਲ ਪਾਵਰ ਉੱਥੇ LG ਆ। LG ਤੁਹਾਨੂੰ ਕਿਸੇ ਨੀ ਪੁੱਛਣਾ ਦਿੱਲੀ ਦੇ ਵਿੱਚ, ਬਿਲਕੁਲ ਬਿਲਕੁਲ। ਜੇ ਪੰਜਾਬ ਦੇ ਵਿੱਚ ਤੁਸੀਂ ਇੱਦਾਂ ਲੋਕਾਂ ਨਾਲ ਵਿਗਾੜ ਲਈ ਤੇ ਇਹ ਲੋਕ ਵੱਖਰੀ ਕਿਸਮ ਦੇ ਲੋਕ ਨੇ, ਇਹਨਾਂ ਨਾਲ ਜੇ ਪਿਆਰ ਨਾਲ ਕੰਮ ਲਓਗੇ ਤੇ ਜੋ ਮਰਜ਼ੀ ਕਰ ਲਓ, ਤੇ ਜੇ ਤੁਸੀਂ ਗੱਡੇ ਦੇ ਜੋਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਹਾਲਾਤ ਤੇ ਵਿਗੜਨੇ ਵਿਗੜਨੇ ਜੀ। ਪੱਟੀ ਸਾਹਿਬ ਬੜੀ ਦਰਦਨਾਕ ਖਬਰ ਆ ਰਹੀ ਹੈ ਜੀ ਅਸਾਮ ਤੋਂ, ਕਹਿੰਦੇ ਇੱਕਦਮ ਫਲੱਡ ਆ ਗਿਆ, 7 ਵਿਅਕਤੀ ਮਾਰੇ ਗਏ ਨੇ, ਲੈਂਡਸਲਾਈਡ ਹੋਈ ਹੈ, 33,000 ਜਿਹੜੇ ਹੈ ਉਹ ਰਿਲੀਫ ਕੈਂਪਸ ਦੇ ਵਿੱਚ ਭੇਜ ਦਿੱਤੇ ਗਏ, ਰੇਲ ਗੱਡੀ ਪੂਰੀ ਦੀ ਪੂਰੀ ਜਿਹੜੀ ਆ ਪਲਟ ਗਈ ਹੈ, ਗਾਰ ਦੇ ਵਿੱਚ 8-8 ਫੁੱਟ ਰੇਲ ਗੱਡੀ ਦੱਬੀ ਦੀਆਂ ਤਸਵੀਰਾਂ ਆ ਰਹੀਆਂ ਨੇ। ਬਹੁਤ ਵੱਡਾ ਫਲੱਡ ਜਿਹੜਾ ਇਹ ਦੇਖਣ ਨੂੰ ਮਿਲ ਰਿਹਾ ਬਹੁਤ ਅਸਾਮ 'ਚ, ਤਾਂ ਵੈਸੇ ਆਉਂਦੇ ਆ, ਨਗਾਓਂ ਜਿਹੜਾ ਹੈਗਾ ਸਭ ਤੋਂ ਵੱਧ ਅਫੈਕਟਡ ਆ ਰਿਹਾ, ਰੇਲਾਂ ਜਿਹੜੀਆਂ ਪ੍ਰਭਾਵਿਤ ਹੋ ਗਈਆਂ ਨੇ, 190 ਜਿਹੜੇ ਨੇ ਇੰਡੀਅਨ ਏਅਰਫੋਰਸ ਨੇ ਜਿਹੜੇ ਆ ਰੇਲ ਗੱਡੀ 'ਚੋਂ ਮੁਸਾਫਰ ਕੱਢੇ ਨੇ, ਹਾਲ ਹੁਣ ਤੱਕ ਲਗਾਤਾਰ ਰੈਸਕਿਊ ਆਪਰੇਸ਼ਨ ਜਾਰੀ ਨੇ, ਬਹੁਤ ਭਿਆਨਕ ਤਸਵੀਰਾਂ ਆ ਰਹੀਆਂ ਜੀ। ਵੇਖੋ ਜੀ, ਭਿਆਨਕ ਤਸਵੀਰਾਂ ਤੇ ਆਉਣੀਆਂ ਹੋਣੀਆਂ ਜਦੋਂ ਅਸੀਂ ਉਹਨਾਂ ਦਾ ਪ੍ਰਬੰਧ ਕੋਈ ਨਹੀਂ ਕੀਤਾ। ਹਰ ਸਾਲ ਬਿਲਕੁਲ, ਅਸੀਂ ਪਹਿਲੀ ਗੱਲ ਤੇ ਜਿਹੜੇ ਨਾਲੇ ਨਾਲੀਆਂ ਪੁੱਟੇ ਸੀ ਉਹਨਾਂ ਦੀ ਸਫਾਈ ਤੇ ਕਦੀ ਕੀਤੀ ਨੀ। ਜੇ ਕਰਨ ਦੀ ਖੇਚਲ ਕੀਤੀ ਆ ਤੇ ਉਹਦੇ ਚ ਘਪਲੇ ਹੋਏ ਨੇ, ਇਹਦੀ ਕਿੰਨੀ ਸਜ਼ਾ? ਵੇਖੋ, ਦੇਖ ਲਓ ਨਹਿਰਾਂ ਹੀ ਟੁੱਟੀ ਜਾਂਦੀਆਂ ਜੀ ਆਪਣੇ, ਉਹਦੇ ਪਿੱਛੇ ਨਹੀਂ ਬੋਲਦੀਆਂ, ਜੌੜੀ ਨੂੰ ਉਰਗੀਆਂ ਕਿੰਨੇ, 2 ਵਾਰੀ 3-4 ਵਾਰੀ ਟੁੱਟੀਆਂ ਤੇ ਸਾਰਾ ਰਾਜਸਥਾਨ ਤੇ ਸਾਰਾ ਅੱਧਾ ਪੰਜਾਬ ਜਿਹੜਾ ਪਾਣੀ ਕਿੰਨੀ ਉਹ ਤਰਸਿਆ ਪਿਆ। ਬਿਲਕੁਲ 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 ਜੀ, ਇਸ ਕਰਕੇ ਜਿਹੜੀ ਚੀਜ਼ ਹੈ ਨਾ ਸਾਡੇ ਜਿਹੜੀ ਆ ਕਰਪਸ਼ਨ ਆ, ਸਾਡੇ ਜਿਹੜੀ ਆ ਖਾਣ ਪੀਣ ਦੀਆਂ ਆਦਤਾਂ ਜਿਹੜੀਆਂ ਨਾ ਉਹ ਬਹੁਤ ਪੈ ਚੁੱਕੀਆਂ। ਦੂਸਰੀ ਚੀਜ਼ ਜੀ, ਸਭ ਤੋਂ ਵੱਡੀ ਗੱਲ ਇਹ ਫਲੱਡ ਨੂੰ ਰੋਕਦੇ ਆ ਦਰਖਤ ਅਸੀਂ ਕਿੱਥੇ ਰਹਿਣੀ, ਤੇ ਜੰਗਲ ਅਸੀਂ ਕੱਟ ਦਿੱਤੇ ਆ, ਉਹ ਕੱਟ ਦਿੱਤੇ ਆ ਤੇ ਫਿਰ ਆਪਣੀ ਮੁਸੀਬਤ ਨੂੰ ਤੁਸੀਂ ਆਪ ਆਵਾਜ਼ ਮਾਰਦੇ ਕਿ ਇਹੋ ਜਿਹੀਆਂ ਘਟਨਾਵਾਂ ਵਾਪਰਨੀਆਂ ਹੀ ਆ। ਨਾਲੇ ਉੱਥੇ ਲਗਭਗ ਹਰ ਸਾਲ ਹੀ ਇਹੋ ਜਿਹੀ ਘਟਨਾ ਕੋਈ ਨਾ ਕੋਈ ਵਾਪਰਦੀ ਹੈ ਜਿਹੜੀ ਤ੍ਰਾਸਦੀ ਹੁੰਦੀ ਆ ਜੀ, ਉਹਦੇ ਵਾਸਤੇ ਸਰਕਾਰ ਨੂੰ ਕੋਈ ਲੋੜੀਂਦੇ ਤੇ ਉਸਾਰੂ ਪ੍ਰਬੰਧ ਕਰਨੇ ਚਾਹੀਦੇ ਜੀ। ਸੋ ਅਗਲੀ ਖਬਰ ਫਿਰ, ਮਜੀਠੀਆ ਸਾਹਿਬ ਫਿਰ ਗਏ ਜੀ ਹਾਈਕੋਰਟ, ਕੀ ਬਣਿਆ, ਕੁਛ ਲੱਗੀ ਗੱਲਬਾਤ ਸਿਰੇ? ਬਿਲਕੁਲ, ਮਜੀਠੀਆ ਸਾਹਿਬ ਸੁਪਰੀਮ ਕੋਰਟ ਗਏ ਸੀ ਤੇ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਨੇ ਉਹਨਾਂ ਦੀ ਜਿਹੜੀ ਪਟੀਸ਼ਨ ਸੁਣ ਤੋਂ ਇਨਕਾਰ ਕਰਤਾ ਵੀ ਤੁਸੀਂ ਹਾਈਕੋਰਟ ਜਾਓ। ਹਾਈਕੋਰਟ ਇੰਨੀ ਗੱਲ ਉਹਨਾਂ ਨੇ ਕਹਿ ਦਿੱਤੀ ਵੀ ਭਾਈ ਇਹਦੀ ਇਹਨਾਂ ਦੀ ਸੁਣਵਾਈ ਸਿੰਗਲ ਨਹੀਂ ਡਬਲ ਬੈਂਚ ਕਰੇਗਾ ਜੀ। ਹੁਣ ਪਹਿਲਾਂ ਤੇ ਆਸ ਕਰਦੇ ਸੀ ਵੀ ਸ਼ਾਇਦ ਹਾਲੀ ਮਜੀਠੀਆ ਸਾਹਿਬ ਨਾ ਜਾਣ, ਲੇਕਿਨ ਅੱਜ ਉਹਨਾਂ ਨੇ ਆਪਣੀ ਬੇਲ ਐਪਲੀਕੇਸ਼ਨ ਜਿਹੜੀ ਆ ਹਾਈਕੋਰਟ ਚਲਾ ਦਿੱਤੀ ਆ ਜੀ। ਉਹਦੇ ਤੇ ਨੋਟਿਸ ਹੋਏਗਾ ਪੰਜਾਬ ਸਰਕਾਰ ਨੂੰ, ਪੰਜਾਬ ਸਰਕਾਰ ਆਪਣਾ ਪੱਖ ਦੇਵੇਗੀ, ਪੁਲਿਸ ਆਪਣਾ ਪੱਖ ਦੇਵੇਗੀ ਤੇ ਫਿਰ ਉਹਨਾਂ ਦੀ ਵੇਖਿਆ ਜਾਏਗਾ ਵੀ ਇਹ ਬੇਲ ਹੋ ਸਕਦੀ ਹੈ ਕਿ ਨਹੀਂ ਹੋ ਜੀ। ਪਲੱਸ ਪੁਆਇੰਟ ਇੱਕੋ ਹੀ ਕਿ ਉਹਨਾਂ ਕੋਲ ਰਿਕਵਰੀ ਕੋਈ ਨਹੀਂ ਹੈਗੀ, ਨਾ ਜ਼ਰੂਰ ਬੋਲਦਾ ਵਾ ਬਿੰਡੇ ਵਾਂਗੂ ਉਹਨਾਂ ਦਾ ਕਈ ਥਾਵਾਂ ਤੇ। ਦੂਸਰੀ, ਜਿਹੜੇ ਬੰਦੇ ਦੋਸ਼ੀ ਵਿਦੇਸ਼ਾਂ ਚ ਪਏ ਤੇ ਉਹਨਾਂ ਦੀ ਹਵਾਲਗੀ ਤੱਕ ਹੋਈ ਨੀ, ਉਹ ਆਉਣ ਤੇ ਗੱਲ ਸਾਹਮਣੇ, ਸੱਚੀ ਗੱਲਾਂ ਸਾਹਮਣੇ ਕੀ ਹੈ ਕੀ ਨਹੀਂ ਹੈਗਾ।
ਮਨਜਿੰਦਰ ਸਿੰਘ ਬਿੱਟੂ ਨੇ ਜਿਹੜੀਆਂ ਬਿਆਨ ਦਿੱਤੇ ਬੜੇ ਠੋਕ ਠੋਕ ਕੇ ਬਿਆਨ ਦਿੱਤੇ, ਉਹਨੇ ਕਿਹਾ ਵੀ ਆਹ ਚੀਜ਼ਾਂ ਹੈਗੀਆਂ ਤੇ ਇਹਦੇ ਵਿੱਚ ਆ ਵੀ ਕੁਛ ਹੈਗਾ ਉਹਦੀ, ਉਹ ਇਸ ਕਰਕੇ ਜਿਹੜਾ ਮਜੀਠੀਆ ਸਾਹਿਬ ਦੀ ਮੁਸ਼ਕਲ ਬਣੀ ਪਈ ਆ ਜੀ ਜੀ। ਹੁਣ ਹਾਈ ਕੋਰਟ ਦੀ ਉਮੀਦ ਆ ਵੀ ਅਗਲੇ ਹਫ਼ਤੇ ਇਹਦੀ ਸੁਣਵਾਈ ਹੋਏਗੀ। ਚਲੋ ਤੇ ਹੁਣ ਆਪਾਂ ਗੱਲ ਕਰ ਲਈਏ ਜੀ, ਕਹਿੰਦੇ ਸੁੱਤੀ ਕਹਿੰਦੇ ਵੀ ਕੋਈ ਝੰਡਾ ਯਾਤਰਾ ਕਰ ਰਿਹਾ, ਕੋਈ ਕਿਹੜੇ ਰੱਥ ਯਾਤਰਾ ਕੱਢ ਰਿਹਾ, ਹੁਣ ਕਹਿੰਦੇ ਭਾਰਤ ਜੋੜੋ ਯਾਤਰਾ ਸ਼ੁਰੂ ਹੋ ਰਹੀ ਹੈ ਜੀ, ਮੁਹਿੰਮ ਸ਼ੁਰੂ ਹੋ ਰਹੀ ਹੈ। ਵੇਖੋ ਜਿਹੜੀ ਕਾਂਗਰਸ ਆ ਨਾ ਜੀ, ਭਾਵੇਂ ਅਸੀਂ ਮੰਨੀਏ ਨਾ ਮੰਨੀਏ, ਕਾਂਗਰਸ ਤਾਂ ਕੋਈ ਨਾ ਕੋਈ ਆਜ਼ਾਦੀ ਦੀ ਲੜਾਈ ਚ ਯੋਗਦਾਨ ਰਿਹਾ ਜੀ। ਇਸੇ ਕਾਂਗਰਸ ਨੇ ਭਾਰਤ ਛੋੜੋ ਯਾਤਰਾ ਦਾ ਅੰਦੋਲਨ ਸ਼ੁਰੂ ਕੀਤਾ ਸੀ। ਭਾਰਤ ਛੋੜੋ ਦੇ ਵਿੱਚ ਜਿਹੜਾ ਮੁਹਿੰਮ ਸ਼ੁਰੂ ਕੀਤੀ ਸੀ, ਕਾਫੀ ਗ੍ਰਿਫਤਾਰੀਆਂ ਹੋਈਆਂ ਸੀ ਤੇ ਜੇਲ੍ਹਾਂ ਵੀ ਭਰੀਆਂ ਗਈਆਂ ਜੀ। ਚਾਹੀਦਾ ਇਹਨਾਂ ਨੂੰ ਇਹ ਸੀਗਾ ਕਿ ਜੇ ਵਾਕਿਆ ਕਾਂਗਰਸ ਕੁਛ ਕਰਨਾ ਚਾਹੁੰਦੀ ਆ, ਕਿਉਂਕਿ ਇਸ ਵੇਲੇ ਜੇ ਆਪਾਂ ਗੱਲ ਕਰ ਲਈਏ ਤੇ ਕਾਂਗਰਸ ਦੇ ਵਿੱਚ ਪੂਰਾ ਖਲਾਰਾ ਪਿਆ ਪਿਆ ਜੀ। ਪੰਜਾਬ ਦੀ ਕਾਂਗਰਸ ਖੇਰੀ ਖੁਰੀ ਹੋਈ ਪਈ ਹੈ। ਅੱਜ ਵੀ ਅਸੀਂ ਜੇ ਇਹਨੂੰ ਜੋੜ ਕੇ ਵੇਖੀਏ ਅਕਾਲੀ ਦਲ ਨਾਲ, ਅਕਾਲੀ ਦਲ ਦੀ ਭਾਵੇਂ ਹਾਲਤ ਜਿਹੋ ਜਿਹੀ ਮਰਜ਼ੀ ਆ, ਸੁਖਬੀਰ ਸਿੰਘ ਬਾਦਲ ਦਾ ਇੱਕ ਵੀ ਜ਼ਿਲ੍ਹਾ ਜਿੱਥੇ ਟੁੱਟ ਕੇ ਕੁਛ ਨਹੀਂ ਗਿਆ ਜੀ, ਅੱਜ ਵੀ ਮਜ਼ਬੂਤ ਇਹਦੇ ਉੱਤੇ। ਇਹਨਾਂ ਦੇ ਆਪ ਤੋਂ ਆਪਣੀ ਡਫਲੀ ਵਜੇ ਜਾਂਦਾ, ਕੋਈ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ। ਇਹਦੇ ਵਿੱਚ ਚਲੋ ਉਹਨਾਂ ਨੇ ਉਦੋਂ ਭਾਰਤ ਅੰਦਰ ਜੀ ਭਾਰਤ ਛੋੜੋ ਯਾਤਰਾ ਸ਼ੁਰੂ ਕੀਤੀ ਸੀ, ਅੰਦੋਲਨ ਸ਼ੁਰੂ ਕੀਤਾ ਸੀ, ਕਾਮਯਾਬੀ ਹਾਸਲ ਕੀਤੀ। ਹੁਣ ਰਾਹੁਲ ਗਾਂਧੀ ਨੂੰ ਚਾਹੀਦਾ ਸੀ ਜੇ ਕੋਈ ਮਜ਼ਬੂਤ ਇੱਛਾ ਸ਼ਕਤੀ ਵਾਲਾ ਲੀਡਰ ਹੁੰਦਾ ਤਾਂ ਉਹ ਕਹਿੰਦਾ ਜੀ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰੋ, ਮਹਿੰਗਾਈ ਆ, ਬੇਰੁਜ਼ਗਾਰੀ ਆ, ਫਿਰਕਾ ਪ੍ਰਸਤੀ ਆ, ਕਿਹੜੇ ਬੜੇ ਮਾਮਲੇ ਹੈਗੇ ਜਿੰਨੇ ਮਰਜ਼ੀ ਗਿਣ ਕੇ ਦੱਸ ਦਿਓ ਤੁਸੀਂ, ਲੇਕਿਨ ਇਹਨਾਂ ਉਹ ਕੰਮ ਨੀ ਕੀਤਾ। ਇਹਨਾਂ ਕਿਹਾ ਜੀ ਕਸ਼ਮੀਰ ਤੋਂ ਕੰਨਿਆਕੁਮਾਰੀ, ਅਟਾਰੀ ਤੋਂ ਕਲਕੱਤਾ ਜਿਹੜਾ ਵਾ ਅਸੀਂ ਬਕਾਇਦਾ ਤੌਰ ਤੇ ਇੱਕ ਭਾਰਤ ਜੋੜੋ ਯਾਤਰਾ ਸ਼ੁਰੂ ਕਰਾਂਗੇ ਤੇ ਹਰ ਸਟੇਟ ਦੇ ਵਿੱਚ ਹਰ ਸੂਬੇ ਦੇ ਜਾ ਕੇ ਅਸੀਂ ਲੋਕਾਂ ਨਾਲ ਗੱਲ ਕਰਾਂਗੇ ਵੀ ਜਿਹੜੀਆਂ ਗਲਤ ਨੀਤੀਆਂ ਭਾਜਪਾ ਨੇ ਅਪਣਾਈ ਉਹਨਾਂ ਦਾ ਟਾਕਰਾ ਕਿਵੇਂ ਕਰਨਾ ਸੀ। ਇਹ ਚੰਗੀ ਗੱਲ ਆ, ਲੇਕਿਨ ਚੰਗਾ ਹੁੰਦਾ ਜੇ ਕਿਤੇ ਜੇਲ੍ਹ ਭਰੋ ਅੰਦੋਲਨ ਦੀ ਗੱਲ ਕਰਦੇ ਨਾ ਜੀ, ਤੁਹਾਨੂੰ ਪਤਾ ਹੋਏਗਾ ਕਰਨਾਟਕ ਦੇ ਵਿੱਚ ਕੱਲ ਕੀ ਹੋਇਆ ਜੀ। ਕਰਨਾਟਕ ਦੇ ਵਿੱਚ ਕੁਛ ਨੌਜਵਾਨਾਂ ਨੇ ਆਪਣੇ ਖੂਨ ਨਾਲ ਪੱਤਰ ਲਿਖ ਕੇ ਜਿਹੜਾ ਸੀ ਪ੍ਰਧਾਨ ਮੰਤਰੀ ਚਿੱਠੀ ਲਿਖੀ, ਜਾਂ ਸਾਨੂੰ ਰੁਜ਼ਗਾਰ ਦੇ ਦਿਓ ਨਹੀਂ ਤੇ ਫਿਰ ਅੱਤਵਾਦੀ ਬਣਾਂਗੇ ਅਸੀਂ। ਜੇ ਇੰਨੀ ਗੱਲ ਪੰਜਾਬ ਦੇ ਨੌਜਵਾਨਾਂ ਲਿਖਣੀ ਤੇ ਇਹਨਾਂ ਕਹਿਣਾ ਸੀ ਪਾਕਿਸਤਾਨ ਦੇ ਇਸ਼ਾਰੇ ਤੇ ਖਾਲਿਸਤਾਨੀ ਇਹ ਕੰਮ ਕਰ ਰਹੇ ਜੀ, ਹੁਣ ਕਰਨਾਟਕਾ ਦੇ ਨੌਜਵਾਨ ਤੁਸੀਂ ਕੀ ਕਹੋਗੇ? ਅਗਲੇ ਪਾਸੇ ਚੱਲ ਜਾਓ, ਭਾਰਤ ਪੰਜਾਬ ਦੇ ਜਿਹੜੀ ਫੌਜੀ ਭਰਤੀ ਨੂੰ ਲੈ ਕੇ 8 ਨੋਟੀਫਿਕੇਸ਼ਨ ਰੱਦ ਕਰ ਦਿੱਤੇ ਗਏ ਤੇ 1 ਕਰੋੜ ਲੋਕ ਕੇ ਬੈਠੇ ਨੇ ਨੌਜਵਾਨ ਸਾਡੇ ਪੰਜਾਬ ਦੇ ਵਿੱਚ। ਉਹਨਾਂ ਡਿਫੈਂਸ ਮਿਨਿਸਟਰ ਨੂੰ ਜਾ ਕੇ ਮਿਲੇ ਨੇ ਕਿ ਵੇਖੋ ਜੀ ਆਹ ਤੁਸੀਂ ਪੰਜਾਬ 'ਚ ਭਰਤੀ ਕਿਉਂ ਬੰਦ ਕੀਤੀ ਹੈ, ਕਿਉਂ ਵਾਰ ਵਾਰ ਨੋਟੀਫਿਕੇਸ਼ਨ ਰੱਦ ਕਰ ਰਹੇ ਹੋ, ਭਰਤੀ ਕਰੋ, ਅਸੀਂ ਭਰਤੀ ਹੋਣ ਲਈ ਤਿਆਰ ਹਾਂ ਜੀ। ਕਹਿਤਾ ਮੰਤਰੀ ਸਾਹਿਬ ਨੇ ਠੀਕ ਹੈ ਜੀ ਜਲਦੀ ਕਰ ਰਹੇ, ਲੇਕਿਨ ਉਹ ਨਹੀਂ ਕੀਤੀ ਤੇ ਇੱਕ ਟੋਲ ਪਲਾਜ਼ਾ ਉਹ ਬੰਦ ਕਰਕੇ ਬੈਠੇ ਨੇ ਵੀ ਭਾਈ ਜਾਂ ਤੇ ਸਾਡੀ ਭਰਤੀ ਕਰੋ, ਅਸੀਂ ਕੇਜਰੀਵਾਲ ਹਾਂ, ਤੁਸੀਂ ਕਿਉਂ ਨੀ ਕਰਦੇ, ਕਿਉਂ ਵਾਰ ਵਾਰ ਤੁਸੀਂ ਰੱਦ ਕਰ ਰਹੇ ਹੋ। ਨਾਲੇ ਪੋਲਿਸੀ ਹੈ ਕੇਂਦਰ ਦੀ ਪੰਜਾਬ ਦੇ ਵਿੱਚ ਘੱਟ ਘੁੱਟ ਭਰਤੀ ਕਰਨੀ ਹੈ, ਤੇ ਇਹ ਜਿਹੜੇ ਕਰਨਾਟਕਾ ਦੇ ਨੌਜਵਾਨ ਬੇਰੁਜ਼ਗਾਰ ਤੇ ਆਹ ਜਿਹੜੇ ਬੇਰੁਜ਼ਗਾਰ ਜੀ, ਜੇ ਕਿਤੇ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਦੇ ਤੇ ਇਹ ਪਹਿਲੀ ਕਤਾਰ ਚ ਕਾਂਗਰਸ ਦਾ ਖੜਦੇ, ਕਾਂਗਰਸ ਦਾ ਪੱਲੜਾ ਭਾਰੀ ਹੁੰਦਾ, ਕਿਉਂਕਿ ਜਦੋਂ ਜਦੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਹੋਇਆ ਉਦੋਂ ਹਾਕਮ ਧਿਰ ਨੂੰ ਜਿਹੜਾ ਵਾ ਨੁਕਸਾਨ ਹੋਣਾ ਪਿਆ ਜੀ। ਇੱਕੋ ਗੱਲ ਕਰ ਦਿਓ ਜੀ, ਜਿਹੜਾ ਨੈਸ਼ਨਲ ਮੇਨ ਸਟ੍ਰੀਮ ਵਾਲੀ ਮੀਡੀਆ ਨਾ, ਇੱਕ ਮਹੀਨਾ ਸਿਰਫ ਉਹ ਆਪਣੀ ਜਿਹੜੀ ਆ ਨਿਰਪੱਖ ਰਿਪੋਰਟਿੰਗ ਕਰਦੇ, ਨਿਰਪੱਖ ਇੱਕ ਮਹੀਨਾ ਸਿਰਫ, ਸਰਕਾਰ ਆਪਣੇ ਭਾਣ ਡੇ ਸਰਕਾਰ ਦੇ ਪੱਲੇ ਅੰਦਰ ਪਾਸੇ ਕੁਛ ਨੀ ਹੈਗਾ, ਖੋਖਲਾ ਪਈ ਹੈ, ਲੇਕਿਨ ਸਿਰਫ ਇਹ ਆ ਮੀਡੀਆ ਨਾਲ ਉਹਦਾ ਮੇਨ ਸਟ੍ਰੀਮ ਵਾਲਾ, ਬਾਕੀ ਫਿਰਕਾ ਪ੍ਰਸਤੀ ਨੇ ਗੱਲਾਂ ਕਰਕੇ ਕਦੀ ਮਾਮਲਾ ਠਾਰਤਾ ਜੀ, ਬਾਕੀ ਗਿਆਨ ਵਾਪੀ ਮਸਲਾ ਠਾਰਤਾ, ਕਦੀ ਮਥੁਰਾ ਦਾ ਠਾਰਤਾ, ਕਦੀ ਯੁੱਧੇ ਦਾ ਠਾਰਤਾ, ਉਠਾ ਕੇ ਲੋਕਾਂ ਨੂੰ ਉਲਝਾਈ ਰੱਖਿਆ ਤੇ ਇਹ ਹੁਣ ਜਿਹੜੀ ਆ ਇਹ ਜੋੜੋ ਭਾਰਤ ਨੂੰ ਯਾਤਰਾ ਸ਼ੁਰੂ ਕਰ ਰਹੇ ਆ, ਚੰਗੀ ਗੱਲ ਜੇ ਚੇਤਾ ਆ, ਜਿੰਨਾ ਚਿਰ ਸੰਘਰਸ਼ ਨਹੀਂ ਕਰੋਗੇ ਟਵਿੱਟਰ ਤੇ ਲੜੀਆਂ ਨੀ ਲੜੀ ਜਾਂਦੀਆਂ, ਨਾ ਟਵਿੱਟਰ ਤੇ ਕੌਣ, ਫਿਰ ਤਾਂ ਟਵਿੱਟਰ ਟਵਿੱਟਰ ਹੀ ਹੋ ਗਏ, ਟੂਟੀ ਵਾਲੀ ਲੜਾਈ ਹੋ ਗਈ ਫਿਰ ਤਾਂ। ਬਿਲਕੁਲ ਇਹ ਤਾਂ ਤੁਸੀਂ ਮੈਦਾਨੇ ਜੰਗ ਚ ਜੰਗ ਲੜੋਗੇ ਤੇ ਫਿਰ ਤਾਂ ਕੋਈ ਫਾਇਦਾ ਹੋ ਜੂ, ਇਹ ਤਾਂ ਤੁਹਾਡੇ ਸਾਹਮਣੇ ਆ। ਅੱਜ ਦੀ ਡੇਟ ਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਸਾਡੀ ਆਮ ਭਾਜਪਾ ਵਾ ਜੀ, ਉਹਨਾਂ ਨੇ ਸਿਲੈਕਟ ਕਰ ਲਿਆ ਕਿ ਨੌਰਥ ਈਸਟ ਸਟੇਟ ਦੇ ਵਿੱਚ ਤੁਸੀਂ ਜ਼ਿਆਦਾ ਜ਼ੋਰ ਲਗਾਓ, ਕਿਉਂਕਿ ਸਾਊਥ ਦੇ ਵਿੱਚ ਤੇਲੰਗਾਨਾ ਲੈ ਲਓ, ਆਂਧਰਾ ਪ੍ਰਦੇਸ਼ ਲੈ ਲਓ, ਕੇਰਲਾ ਲੈ ਲਓ, ਤਾਮਿਲਨਾਡੂ ਲੈ ਲਓ, ਇੱਕ ਸਿਰਫ ਹੈਗੀ ਕਰਨਾਟਕ ਜੀ, ਜਿੱਥੇ ਧੱਕੇ ਇਹਨਾਂ ਨੇ ਕਬਜ਼ਾ ਕੀਤਾ। ਸਾਊਥ ਦੇ ਵਿੱਚ ਉਹ ਘੱਟ ਧਿਆਨ ਦੇ ਰਹੇ, ਇੱਧਰ ਦੇ ਰਹੇ ਵੀ ਇੱਥੋਂ ਸੀਟਾਂ ਸੀ ਵੱਧ ਤੋਂ ਵੱਧ ਜਿੱਤੀਆਂ ਜੀ।
ਅੱਜ ਵੀ ਕਰੀਬ 200-225 ਸੀਟਾਂ ਇਹੋ ਜਿਹੀਆਂ ਜਿੱਥੇ ਬੀਜੇਪੀ ਤੇ ਕਾਂਗਰਸ ਦੀ ਸਿੱਧੀ ਟੱਕਰ ਹੁੰਦੀ ਹੈ ਤੇ ਕਾਂਗਰਸ ਕੋਲ ਅੱਜ ਵੀ 13 ਕਰੋੜ ਵੋਟ ਰਹੇ ਨੇ ਇੰਡੀਆ ਦੇ ਜੇ ਕਹਿ ਦਈਏ ਦੂਸਰੀ ਵੱਡੀ ਪਾਰਟੀ ਅਤਿ ਕਥਨੀ ਨਹੀਂ ਹੋਊ ਬਿਲਕੁਲ ਬਿਲਕੁਲ ਹੁਣ ਜਦੋਂ ਇਹ ਜੇ ਭਾਰਤ ਵੱਲੋਂ ਯਾਤਰਾ ਜਿਹੜੀ ਵੱਖ ਵੱਖ ਸਟੇਟਾਂ ਜਾਊਗੀ ਤੇ ਜਿੱਥੇ ਕਿਤੇ ਨੋਨ ਭਾਜਪਾ ਗੌਰਮੈਂਟ ਜਿਹੜੀ ਵੀ ਗੌਰਮੈਂਟ ਹੈਗੀ ਉੱਥੇ ਲੋਕਾਂ ਦਾ ਸਾਥ ਮਿਲੇਗਾ ਮਿਲੇਗਾ ਲੋਕ ਦੁਖੀ ਪਏ ਨੇ ਉਹਨਾਂ ਦੀ ਅਗਵਾਈ ਕਰਨ ਵਾਲਾ ਕੋਈ ਨਹੀਂ ਹੈਗਾ ਜੀ ਵੈਸੇ ਵਾਕਿਆ ਦੁਖੀ ਹੋਏ ਪਿਆ ਜੀ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਸਾਡੇ ਨਾਲ ਭਾਣਾ ਕੀ ਵਾਪਰ ਰਿਹਾ ਮਹਿੰਗਾਈ ਜਿਹੜੀ ਹੈ ਬੜੀ ਹੈਰਾਨੀ ਦੀ ਗੱਲ ਹੈ ਪੱਟੀ ਸਾਹਿਬ ਵੀ ਲੋਕ ਬੋਲ ਕਿਉਂ ਨਹੀਂ ਰਹੇ ਦੇਖੋ ਇੰਨੀ ਮਹਿੰਗਾਈ ਠੀਕ ਹੈ ਇੰਨਾ ਜਿਹੜੀ ਹੈ ਅਨਰੈਸਟ ਪਾਪੂਲੇਸ਼ਨ ਦੇ ਵਿੱਚ ਵੀ ਲੋਕਾਂ ਦੇ ਵਿੱਚ ਬੇਭਰੋਸਗੀ ਪੈਦਾ ਹੋਈ ਪਈ ਹੈ ਵੀ ਇਹ ਦੇਸ਼ ਸਾਡਾ ਹੈਗਾ ਵੀ ਹੈ ਕਿ ਨਹੀਂ ਕੀ ਅਸੀਂ ਇੱਥੋਂ ਦੇ ਬਛਿੰਦੇ ਵੀ ਹਾਂ ਕਿ ਨਹੀਂ ਸਾਨੂੰ ਕੌਣ ਰਹਿਣ ਦੇਊਗਾ ਕੀ ਖਾ ਸਕਦੇ ਹਾਂ ਲੋਕ ਤਾਂ ਇੱਥੇ ਵੀ ਹੈਰਾਨੀ ਹੋ ਗਈ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ ਸਹਿਮ ਹੈ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਇਨਸਕਿਉਰਿਟੀ ਫੀਲ ਕੀਤੀ ਜਾ ਰਹੀ ਹੈ ਲੋਕਾਂ ਦੇ ਵਿੱਚ ਬਿਲਕੁਲ ਜੀ ਬਿਲਕੁਲ ਬਿਲਕੁਲ ਅਤੇ ਉੱਧਰ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਮੈਂ ਜੇਲ੍ਹਾਂ ਦੇ ਵਿੱਚੋਂ VIP ਕਲਚਰ ਖਤਮ ਕਰ ਦੇਣਾ ਇਹ VIP ਕਲਚਰ ਕਿਹੜਾ ਸੀ ਪਰ ਕਹਿੰਦੇ ਜਿਹੜੀਆਂ ਉੱਥੇ ਅੰਦਰ ਬੰਦ ਨੇ ਜੇਲ੍ਹਾਂ ਕਹਿੰਦੇ ਝਪਟ ਮਾਰਾਂ ਨਾਲ ਅਤੇ ਨਸ਼ੇੜੀਆਂ ਨਾਲ ਹੀ ਬੰਦ ਆ ਜਿਹੜਾ ਕੋਈ ਜਿਵੇਂ ਕਹਿੰਦੇ ਹੁੰਦੇ ਵੀ ਕੋਈ ਸਰੀਆ ਚੋਰ ਹੋ ਗਿਆ ਕੋਈ ਕਿਹੜਾ ਚੋਰ ਹੋ ਗਿਆ ਇਹ ਹਾਲਾਤ ਬਣੇ ਪਏ ਨੇ ਜੇਲ੍ਹ ਪ੍ਰਸ਼ਾਸਨ ਲਈ ਮੁਸੀਬਤ ਖੜੀ ਹੋਈ ਪਈ ਹੈ ਨਸ਼ੇੜੀਆਂ ਨੂੰ ਕਿਵੇਂ ਸੰਭਾਲਿਆ ਜਾਵੇ ਸਾਡੇ ਪੰਜਾਬ ਦੇ ਵਿੱਚ ਕੋਈ 7-10 ਸੈਂਟਰਲ ਜ਼ਿਲ੍ਹਾ ਨੇ 11 ਡਿਸਟ੍ਰਿਕਟ ਜ਼ਿਲ੍ਹਾ ਨੇ 5 ਸਬ ਜ਼ਿਲ੍ਹਾ ਨੇ ਜੀ ਤੁਹਾਨੂੰ ਪਤਾ ਹੋਏਗਾ ਪੱਟੀ ਦੀ ਜੇਲ੍ਹ ਸਭ ਤੋਂ ਪਹਿਲਾਂ ਸਬ ਜ਼ਿਲ੍ਹਾ ਬਣੀ ਸੀ ਜੀ ਉਹ ਕਿਹੜੇ ਇਲਾਕਿਆਂ 'ਚ ਬਣੀ ਸੀ ਤੋ ਇਸ ਇਲਾਕੇ ਦੇ ਲੋਕ ਸਰਹੱਦ ਨਾਲ ਲੱਗਦੀ ਸੀ ਤੇ ਇਹ ਨਸ਼ੇ ਪੱਤੇ ਵਾਲੇ ਲੋਕ ਸੀਗੇ ਉਧਰ ਪਾਕਿਸਤਾਨ ਤੋਂ ਫੀਮ ਜਾਉਂਦੇ ਸੀ ਇੱਧਰ ਵੇਚਦੇ ਸੀ ਇੱਧਰ ਸ਼ਰਾਬ ਭੇਜਦੇ ਉੱਧਰ ਜਾ ਕੇ ਵੇਚਦੇ ਸੀ ਜੀ ਤੇ ਇਹਨਾਂ ਦੇ ਬੰਦੇ ਜਿਹੜੇ ਫੜੇ ਜਾਂਦੇ ਸੀ ਤੇ ਉਹਨਾਂ ਨੂੰ ਸੈਂਟਰਲ ਜੇਲ੍ਹ ਅੰਮ੍ਰਿਤਸਰ ਰੱਖਿਆ ਜਾਂਦਾ ਸੀ ਜੀ ਤੇ ਸਰਦਾਰ ਪ੍ਰਤਾਪ ਸਿੰਘ ਕੈਰੋ ਇੱਥੇ ਜਦੋਂ ਬਣਦੇ ਨੇ ਮੁੱਖ ਮੰਤਰੀ ਬਣਦੇ ਨੇ ਤੇ ਉਹ ਪੱਟੀ ਆਉਂਦੇ ਆ ਉਹ ਕਹਿੰਦੇ ਆ ਗੱਲ ਸੁਣੋ ਸਰਦਾਰੋ ਤੁਹਾਡੇ ਘਰ ਸਰਕਾਰ ਚੱਲ ਕੇ ਆਈ ਹੈ ਕੁਛ ਮੰਗ ਲਓ ਜੇ ਮੰਗਣਾ ਜੀ ਉਹਨਾਂ ਨੇ ਇਹ ਆਸ ਪ੍ਰਗਟ ਕੀਤੀ ਸੀ ਕੋਈ ਵੱਡਾ ਕਾਲਜ ਮੰਗਣਗੇ ਕੋਈ ਵੱਡਾ ਹੋਸਟਲ ਮੰਗਣਗੇ ਵੱਡੀ ਕੋਈ ਇੰਡਸਟਰੀ ਮੰਗਣਗੇ ਤੇ ਇੱਕ ਵਿੱਚੋਂ ਉੱਠ ਕੇ ਚਿੱਟੀ ਵਰਦੀ ਪਾਈ ਤੇ ਉੱਠ ਕੇ ਕਹਿੰਦਾ ਜੀ ਸਰਦਾਰ ਜੀ ਜੇ ਦੇਣਾ ਜੇ ਤੁਹਾਨੂੰ ਇੱਕ ਸਬ ਜੇਲ੍ਹ ਦੇ ਦਿਓ ਜੀ ਦੱਸੋ ਮੰਗੋਗੇ ਪਰ ਤੁਸੀਂ ਇੱਕ ਜੇਲ੍ਹ ਮੰਗੀ ਤੁਹਾਨੂੰ ਜਰੂਰ ਬਣਾ ਕੇ ਦੇਵਾਂਗੇ ਇਹ ਸਬ ਜੇਲ੍ਹ ਉਦੋਂ ਪੱਟੀ ਦੀ ਬਣੀ ਸੀਗੀ ਜੀ ਅੱਜ ਸਾਡੀਆਂ ਜੇਲ੍ਹਾਂ ਦੀ ਸਮਰੱਥਾ ਹੈਗੀ ਹੈ 23,500 ਜਿਹੜੇ ਵਿਅਕਤੀ ਰੱਖਣ ਦੀ ਹੈ ਅੱਛਾ ਜੀ ਜਿਹਨਾਂ ਵਿੱਚ 26,164 ਜਿਹੜੇ ਲੋਕ ਬੰਦ ਨੇ ਅੱਛਾ ਜੀ ਜੇ ਇੰਨੇ ਲੋਕ ਬੰਦ ਨੇ ਤੇ ਇਹਨਾਂ ਦੇ ਵਿੱਚ ਜਿਹੜੇ ਬੰਦੇ ਨੇ 1207 ਕੈਦੀ ਉਹ ਜਿਹੜੇ 20 ਸਾਲ ਦੀ ਉਮਰ ਤੋਂ ਛੋਟੇ ਨੇ ਅੱਛਾ ਜੀ 20 ਸਾਲ ਤੋਂ ਜਿਹੜੇ 30 ਸਾਲ ਦੀ ਉਮਰ ਦੇ ਨੇ ਉਹ ਕੋਈ 12,368 ਨੇ 30 ਸਾਲ ਤੋਂ ਲੈ ਕੇ 40 ਸਾਲ ਦੇ 8,900 ਕੈਦੀ ਨੇ ਜੀ ਜਿਹੜੇ 40-70 ਦੇ ਦਰਮਿਆਨ 1,036 ਤੇ ਜਿਹੜੇ 70 ਸਾਲ ਤੋਂ ਉੱਪਰ 2,007 ਨੇ ਕੈਦੀ ਜੀ ਇਹਨਾਂ ਕੈਦੀਆਂ ਦੇ ਵਿੱਚ ਬਹੁਤੇ 86% ਉਹ ਲੋਕ ਝਪਟਮਾਰ ਤੇ ਡਰੱਗ ਵਾਲੇ ਅੱਛਾ ਜੀ ਅੰਮ੍ਰਿਤਸਰ ਦੇ ਵਿੱਚ ਇੱਕ ਮਾਤਾ ਸੀ ਜੀ ਉਹਦਾ ਪਤੀ ਨਸ਼ਾ ਚ ਰੁੜ ਗਿਆ ਛੋਟਾ ਪੁੱਤ ਰੁੜ ਗਿਆ ਵੱਡਾ ਪੁੱਤ ਨਸ਼ਾ ਕਰਦਾ ਫੜਿਆ ਗਿਆ ਅਗਲਾ ਜੇਲ੍ਹ ਚ ਭੇਜ ਦਿੱਤਾ ਜੀ ਜੇਲ੍ਹ ਚ ਜਾਣ ਦੇ ਵਿੱਚ ਉਸ ਵਾਰਡ ਚ ਦੇਖਿਆ ਗਿਆ ਜਿੱਥੇ ਸਾਰੇ ਮਰੀਜ਼ ਲਗਭਗ ਕੋਈ ਕਾਲੇ ਪੀੜੀ ਤੋਂ ਪੀੜਿਤ ਆ ਕੋਈ ਏਡਸ ਤੋਂ ਪੀੜਿਤ ਆ ਇਹੋ ਜਿਹੀ ਬੈਰਕ ਹੈਗੀ ਅੰਮ੍ਰਿਤਸਰ ਜੇਲ੍ਹ ਦੀ ਜਿਹਨੂੰ ਖਰਾਬ ਕਰਨਾ ਨਹੀਂ ਤੇ ਨਹੀਂ ਪੈਸੇ ਆਏ ਨੇ ਪਿੱਛੋਂ ਦੇ ਫੰਡ ਨਹੀਂ ਆਇਆ ਤੂੰ ਭੇਜੋ ਉੱਥੇ ਕਿਉਂਕਿ ਨਿਕਲਾ ਔਖਾ ਹੋ ਕੇ ਦੱਸੋ ਕੀ ਲੈਣਾ ਤੁਸੀਂ ਕੀ ਲੈਣਾ ਬਿਲਕੁਲ ਬਿਲਕੁਲ ਉਹ ਉੱਥੇ ਭੇਜਣ ਦੇ ਤੇ ਉੱਥੋਂ ਉਹਦਾ ਬੇਟਾ ਹਰਪਾਲ ਸਿੰਘ ਨਾਲ ਸੀ ਉਹ ਉੱਥੋਂ ਪ੍ਰਸ਼ਾਦ ਲੈ ਕੇ ਆਇਆ ਫਿਰ ਕਾਲੇ ਪੀਏ ਲੈ ਕੇ ਆਇਆ ਈਦ ਦਾ ਲੈ ਕੇ ਆਇਆ ਦਰਸ਼ਨ ਕਰਨੇ ਸੀ ਇੱਕ ਸਾਲ ਦੇ ਵਿੱਚ ਵਿੱਚ ਉਸ ਮਾਈ ਦੇ ਘਰ ਤੋਂ 3 ਲਾਸ਼ਾਂ ਉੱਠ ਗਈਆਂ ਲੇਕਿਨ ਸਾਡੀ ਸਰਕਾਰ ਕੱਖ ਨਹੀਂ ਕਰ ਸਕੀ ਸਾਡੇ ਧਾਰਮਿਕ ਸਭ ਕੁਛ ਨਹੀਂ ਕਰ ਸਕੀ ਕਿ ਅੰਮ੍ਰਿਤਸਰ ਸਿੱਖੀ ਦਾ ਧੁਰਾ ਕਹਿੰਦੇ ਜੀ ਕੈਪੀਟਲ ਸਿੱਖਾਂ ਦੀ ਕਹਿੰਦੇ ਹੈ ਗੁਰਦੁਆਰਾ ਛਾਟਾ ਸਾਹਿਬ ਵੀ ਇੱਥੇ ਬੜਾ ਵੱਡਾ ਵਾ ਅੰਮ੍ਰਿਤਸਰ ਦਰਬਾਰ ਵੀ ਅਸੀਂ ਕੋਈ ਅੱਜ ਤੱਕ ਪ੍ਰੋਜੈਕਟ ਨਹੀਂ ਚਲਾਇਆ ਵੀ ਜਿਹਦੇ ਕਿ ਨਸ਼ਾ ਤੋਂ ਅਸੀਂ ਹਟਾ ਦਈਏ ਬੰਨੋ ਹੁਣ ਉਹ ਮਾਈ ਦਾ ਜਿਹੜੇ ਗਰੀਬੜੀ ਦਾ ਕੀ ਬਣੂਗਾ ਇਹ ਕੁਛ ਨਹੀਂ ਕਹਿ ਸਕਦੇ
लेकिन वह बंदे अज भी जेलों के 86% लोग झपट मार ने नशीले पदार्थों के आदि ने उन्होंने सिर्फ मेरे ख्याल की 8,000 के करीब जे कैदी ने नहीं 5,123 कैदी ने बाकी सारे सारी हवाला इन्नी वड्डी गिनती जी तुसी लोकी फड़ के अंदर दिते आ ते 40% लोग ओ बैठे ने जिन्हां दे विच कोई पैरवाई करन वाला नहीं आउंदी तरीक पाके भेज दिंदे जी 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 एक जस्टिस जैन आया सी सुप्रीम हाई कोर्ट दे उन्होंने खिचा सामने सारे ने मीटिंग करके लंदे मैनूं नहीं पता इस गल दा जेहड़ा जी गिनती घटनी चाहीदी आ जे किसी नूं बेल मिलदी ते बेल दिओ जे नहीं जिहदी किसी सजा जिवें किसी दी 6 महीने सजा उह साल पूरी कर चुका वा जी उसके बरी कर दो घर कोई कहते छो उदो बहुत सारे लोग जी जेलां खाली करती है हुण कोई भी साडा न्यायपालिका दा अधिकारी एहो जी पेन लैण लई तैयार नहीं एक रबन्ना साहब बैठे ने चीफ जस्टिस सुप्रीम कोर्ट दे ओह कोई ना कोई कार्रवाई कर छड़दे ते बाकी थले ते बस मिट्टी ते बाद ओह बैठे नहीं करदे कोई कुछ नहीं सो प्रोग्राम चल रहे जी शमादान ते तुसी मेरे नाल इस वक्त रेडियो पंजाब टुडे दे बठिंडा स्टूडियो तो जुड़े हुए ते वीरो मैं तुहाडे कोले यूएसए आ रहे जी भी शुक्रवार नूं तुहाडे कोले होवांगे सैटरडे नूं फ्राइडे सैटरडे उत्ते पहुँच जाएंगे जी सो नंबर मेरा +91 9780141741 यह वट्सएप ते चलता रहेगा दूजा नंबर मैं अपडेट भी कर देंगा सो प्लीज़ ये नंबर फीड कर लो उत्थे फिर तुहाडे नाल मुलाकात करांगे पट्टी साहब पंजाब सरकार नूं की लोड़ पैगी भी केंद्री बलां दीआं कंपनियां मंगणियां पैगीआं 29 तरीक नूं घटना वापर गई जी जी जिहड़ी पटियाले 'च वापरी आ उस तों बाद थां थां दे उत्ते जी असीं उह बकायदा तौर ते खालसा दे झंडे लगे हाँ खालसा नूं बदनाम कीता जा रहा इह कुछ शक्तियां कुछ हो रही आ पिछले हाँ बिलकुल बिलकुल ਇਹਦੇ ਵਿੱਚ ਜਿਹੜੇ ਉਹ ਲੱਗੇ ਫਿਰ ਥਾਂ ਥਾਂ ਤੇ ਮੁਜ਼ਾਹਰੇ ਸ਼ੁਰੂ ਹੋ ਗਏ ਜਦੋਂ ਮੁਜ਼ਾਹਰੇ ਸ਼ੁਰੂ ਹੋ ਗਏ ਥਾਂ ਥਾਂ ਤੇ ਫਿਰ ਹੋ ਗਈ ਤੇ ਜਿਹੜੀ ਪੰਜਾਬ ਪੁਲਿਸ ਆ ਉਹਦੇ ਕੋਲ ਇੰਨੀ ਸਮਰੱਥਾ ਨਹੀਂ ਕਿ ਉਹਨਾਂ ਨੂੰ ਰੋਕ ਸਕੇ ਜੀ ਜਿਵੇਂ ਅੱਜ ਤੁਸੀਂ ਵੇਖ ਲਓ ਪਹਿਲਾਂ ਜਿਹੜਾ ਪੰਜਾਬ ਪੁਲਿਸ ਨੇ ਨਾਕਾ ਲਾਇਆ ਸੀ ਕਿਸਾਨ ਚੁੜ ਕੇ ਅੱਗੇ ਚੱਲ ਕੇ ਚੰਡੀਗੜ੍ਹ ਪੁਲਿਸ ਦਾ ਨਾਕਾ ਮਜ਼ਬੂਤ ਹੋਊਗਾ ਜਾਂ ਉਹਨਾਂ ਸੋਚਿਆ ਵੀ ਇੱਥੇ ਵਜੋ ਕੱਲ੍ਹ ਨੂੰ ਲੜਨਾ ਇਹਨਾਂ ਨਾਲ ਜੀ ਕਿ ਉੱਥੇ ਪੂਰੇ ਉਹਨਾਂ ਜਿਵੇਂ ਕੋਰਸਾ ਤਿਆਰ ਰੱਖੇ ਸੀ ਗੱਡੀਆਂ ਤਿਆਰ ਰੱਖੀਆਂ ਸੀ ਫਿਰ ਜਿਹੜੀਆਂ ਉਹ ਵਾਟਰ ਕੈਨਨ ਤਿਆਰ ਰੱਖੀਆਂ ਸੀ ਸਾਰੀਆਂ ਉਹਨਾਂ ਨੇ ਕਿਹਾ ਵੀ ਸੀ ਵੀ ਜਿੱਥੇ ਸਾਨੂੰ ਪੁਲਿਸ ਰੋਕੀ ਅਸੀਂ ਉੱਥੇ ਮੋਰਚਾ ਲਾ ਜਾਵਾਂਗੇ ਜੀ ਇਸ ਕਰਕੇ ਇਹਨਾਂ ਨੇ 6 June ਆ ਰਹੀ ਹੈ ਇਹਨਾਂ ਨੂੰ ਖਦਸ਼ਾ ਕਿਸ ਗੱਲ ਦਾ ਵੀ 6 June ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਵਿੱਚ ਕੋਈ ਵੱਡੀ ਗੜਬੜ ਨਾ ਹੋਵੇ ਇਹ ਬੜੇ ਸਾਰੇ ਪਾਸੇ ਡਰ ਹੈ ਲੋਕਾਂ ਦੇ ਵਿੱਚ ਤੁਹਾਨੂੰ ਦੱਸਣ ਦਾ ਡਰ ਹੈ ਵੀ ਇੱਥੇ ਕਿਉਂ ਹੋ ਰਿਹਾ ਹੈ ਕੌਣ ਕਰਵਾ ਰਿਹਾ ਇਹ ਇੱਕ ਬੜੀ ਪੰਜਾਬ ਕਹਿੰਦਾ ਇਹੋ ਜਿਹਾ ਤਾਂ ਹੈ ਦਾਨੇ ਵਾਲੀਆਂ ਸਾਹਿਬ ਹਾਲਾਤ ਦੇ ਬਣ ਗਿਆ ਚਿੱਟੇ ਦਿਨ ਕੱਲ ਬਕਾਇਦਾ ਤੌਰ ਤੇ ਕਿ ਹੋਟਲ ਮੱਟ ਕੇ ਇੱਕ ਮੀਟਿੰਗ 'ਚ ਗਿਆ ਤਾਂ ਆਪਣੇ ਡਰਾਈਵਰ ਨੂੰ ਕਹਿੰਦਾ ਤੁਸੀਂ ਆਉਂਦੇ ਹੋਣੇ ਜੀ ਤੇ ਉਹ ਡਰਾਈਵਰ ਨੇ ਕੀਤਾ ਵੀ ਤਾਂ ਜਿਹੜਾ ਹੋਟਲ ਆ ਉਹਦੇ ਲਾਗੇ ਬਕਾਇਦਾ ਦਰਖਤ ਉੱਥੇ ਗੱਡੀ ਸ਼ਾਮਿਲ ਆ ਜੀ ਉਹਦੇ ਕੋਲ ਦੋ ਮੁੰਡੇ ਆਏ ਉਹਨੂੰ ਪੁੱਛਿਆ ਪੁੱਛਣ ਲੱਗਦਾ ਤੇ ਉਹਦੇ ਮਾਰ ਕੇ ਧੱਕਾ ਬਾਹਰ ਸੁੱਟ ਕੇ ਤੇ ਗੱਡੀ ਭਜਾ ਦਿੱਤੀ ਹੋਟਲ ਵਾਲੀ ਲੈ ਗਏ ਤੇ ਬਿਲਕੁਲ ਬਿਲਕੁਲ ਕਿੱਥੇ ਅੰਮ੍ਰਿਤਸਰ ਅੰਮ੍ਰਿਤਸਰ ਚਿੱਟੇ ਦਿਨ ਲੱਗ ਗਏ ਦੱਸੋ ਦੱਸੋ ਤੁਸੀਂ ਕੀ ਕਰੋ ਹੱਥਾਂ 'ਚ ਲੋਕੀ ਚੀਜ਼ਾਂ ਖੋਲ ਕਿਹਦੀ ਗੱਡੀ ਸੀ ਦੁਬਾਰਾ ਤੋਂ ਦੱਸਿਓ ਇਹ ਕੋਈ ਹੋਟਲ ਮਾਲਕ ਚੋ ਹੋਟਲ ਮਾਲਕ ਅੱਛਾ ਚਾਹੀਦਾ ਹੈ ਸੀ ਜਦੋਂ ਇੱਥੇ ਕੁਮਰ ਵਿਜੇ ਪ੍ਰਤਾਪ ਐਸਐਸਪੀ ਅੰਮ੍ਰਿਤਸਰ ਦਾ ਜੀ ਇਹਨੇ ਮੋਟਰਸਾਈਕਲ ਦੀ ਟੀਮ ਬਣਾਈ ਸੀ ਹਰ ਚੌਂਕ ਦੇ ਵਿੱਚ 2 ਮੋਟਰਸਾਈਕਲ ਤੇ 4 ਸਿਪਾਹੀ ਪੱਕੇ ਤੌਰ ਤੇ ਖੜੇ ਕਰਦੇ ਸੀ ਜੀ ਫਾਰ ਐਗਜ਼ਾਮਪਲ ਐਸ ਚੌਂਕ ਘਟਨਾ ਵਾਪਰੀ ਹੈ ਨਾ ਤੇ ਅਗਲੇ ਚੌਂਕ ਜਾਂਦੇ ਦਾ ਬੰਦਾ ਫੜ ਲੈਂਦੇ ਸੀ ਹਾਂਜੀ ਲੇਕਿਨ ਸਾਡੇ ਇੱਕ ਮੰਤਰੀ ਨੂੰ ਭਾਜਪਾ ਦੇ ਮੰਤਰੀ ਨੂੰ ਇੱਕ ਬਿਮਾਰੀ ਸੀ ਸ਼ਾਇਦ ਉਹਦੇ ਬੰਦੇ ਫੜੇ ਗਏ ਉਹਨੇ ਨਹੀਂ ਛੱਡੇ ਉਹਨੇ ਮੋਰਚਾ ਲਾਤਾ ਦੇ ਕਰ ਮੰਤਰੀ ਹੋਣ ਦੇ ਕਰ ਨੂੰ ਤੰਗਾ ਦੇ ਦਿੱਤਾ ਦੱਸੋ ਇਹੋ ਜਿਹੀ ਸਾਡੀ ਇਹਨਾਂ ਦੀ ਮਾਨਸਿਕਤਾ ਲੀਡਰਾਂ ਦੀ ਸਾਡੀ ਇਸ ਕਰਕੇ ਜੇ ਕਿਤੇ ਉਹੋ ਜਿਹੇ ਅਫਸਰ ਹੁੰਦੇ ਤੇ ਇਹੋ ਜਿਹੀ ਗੱਲਾਂ ਹੁੰਦੀਆਂ ਤੇ ਇਹਨਾਂ ਚੋਰਾਂ ਨੂੰ ਤੇ ਇਹਨਾਂ ਨੱਥ ਪਾਈ ਜਾ ਸਕਦੀ ਸੀ ਜੀ ਹੁਣ ਤੇ ਪੁੱਛਣ ਵਾਲਾ ਕੋਈ ਨਹੀਂ ਤੁਹਾਡਾ ਸਕੂਟਰ ਚੋਰੀ ਹੋ ਗਿਆ ਪਹਿਲੀ ਗੱਲ ਤੁਸੀਂ ਥਾਣੇ ਜਾਂਦੇ ਹੋ ਕਹਿੰਦੇ ਐਪਲੀਕੇਸ਼ਨ ਦੇ ਜਾਓ ਜੀ ਕੱਲ ਆਇਓ ਕੱਲ ਤੁਸੀਂ ਜਾਂਦੇ ਹੋ ਜੀ ਮੇਰਾ ਨੈਬ ਮੁਰਸ਼ੀ ਨਹੀਂ ਆਇਆ ਜੀ ਕੱਲ ਆਇਓ ਤੁਸੀਂ ਤਿੰਨ ਦਿਨ ਕੌਣ ਬਣੂ ਪਿੱਛੇ ਪਿੱਛੇ ਤੁਹਾਨੂੰ ਰੋਕ ਕਿਸ ਵੇਸੇ ਫਿਰ ਅਗਲੀ ਗੱਲ ਤੁਸੀਂ ਪਰਚਾ ਦਰਜ ਨਹੀਂ ਕਰਦੇ ਕਿਤੇ ਜਮੀ ਪਾ ਕੇ ਦੇ ਦਿੰਦੇ ਜਾਂ ਤਰੀਕ ਕਰ ਦਿੱਤੀ ਨਾ ਜੀ ਡੀ ਡੀ ਆਰ ਦਰਜ ਕਰ ਦਿੰਦੇ ਜਾਓ ਤੁਸੀਂ ਕੋਈ ਗੱਲ ਨਾ ਉਹ ਸਕੂਟਰ ਲੱਭਦਾ ਵਾ ਨਾ ਉਹ ਬੰਦਾ ਚੋਰ ਲੱਭਦਾ ਕੋਈ ਨਾ ਕੋਈ ਫਾਰ ਐਗਜ਼ਾਮਪਲ ਜੇ ਤੁਸੀਂ ਕਿਤੇ ਫੜੀ ਵੀ ਲਿਆ ਜੀ ਅੰਮ੍ਰਿਤਸਰ ਤੋਂ ਸਕੂਟਰ ਚੋਰੀ ਹੈ ਜਾ ਕੇ ਪਟਿਆਲੇ ਫੜਿਆ ਗਿਆ ਪਟਿਆਲੇ ਵਾਲੇ ਕੋਈ ਇਹੋ ਜਿਹਾ ਸਿਸਟਮ ਨਹੀਂ ਬਣਾਇਆ ਵੀ ਜਾ ਕੇ ਉਹਨਾਂ ਪਰਿਵਾਰਾਂ ਨੂੰ ਦੱਸੇ ਵੀ ਤੁਹਾਡਾ ਸਕੂਟਰ ਤੇ ਫੜਿਆ ਗਿਆ ਜੀ ਕੁਮਰ ਵਿਜੇ ਪ੍ਰਤਾਪ ਨੇ ਉਸ ਟਾਈਮ ਤੇ ਮੁਹਿੰਮ ਚਲਾਈ ਸੀ ਵੀ ਬਕਾਇਦਾ ਤੌਰ ਤੇ ਏਜੰਸੀ ਜਾਓ ਜੀ
पता करो कि ये जरा मोटरसाइकिल स्कूटर नंबर दो कि किने खरीदया, किने भी खरीदया उस पूछ करो तू कही भी तेरा मोटरसाइकिल चोरी होया तो फड़िया गया चाह के लै जा जी। अदरवाइज कोई योजा कम नहीं करता तो खड़े उठे गल जाते न्याय की मशीनी गल की फड़न की फिर लड़ गई चल चली जान चली जान। इस करके जी सा बहुत कुछ लोड़ है इतने ठीक करने की, हालात बहुत बिगड़ रहे हैं। छे जून वेखद हो जी पंजाब सरकार उन्होंने बकायदा तौर पर 10 कंपनियां मतलब 1200 बंदा मांग लिया बकायदा तौर पर जोड़ा मिनिस्ट्री होम अफेयर उन्होंने मंजूरी भी देती है। लै लो भाई हूं यह करोड़ों रुपया खर्चा वो भी पंजाब से ही पैना होर केंद्र ने थोड़ा देना। 8400 करोड़ का खर्चा जरा बकायदा तौर से अतवाद के समय का सी खाड़कुए समय का सी अजे तक साढ़े सिर से चलिया होंगे वह कोई माई बाप नहीं जी। सो हुण मान साहब की गल करिए जी, कहिंदे बड़ी चर्चा हो रही है जनता दरबार, कहिंदे जनता दरबार तां बादशाह लाउंदे हुंदे ने। मान साहब ना जां ते तजर्बेकार नहीं जां उहनां दी एडवाइजरी दे सहने नहीं। पहली गल ते उहनां कोल जिहड़ी शिकायतां गईआं उहनां शिकायतां च कुछ उहनां ने शिकायतां चुणीआं ते इहनां लोकां नूं बुला लो आपां जनता दरबार लाउणा जी। जे जनता दरबार लाना वाकई जनता दरबार बादशाह लाने होंगे मान साहब दरबार से महाराजा रणजीत सिंह लाता से लेकिन रात के हनेरे लोगों की अक्कन ना जाके कल ला के सुनता से लोगों को मुश्किल की है जी। जे ये काम करना सीखो उन्होंने को तुम जाते हो तुरे थोड़े कोई वर्कर तुरता हो पुलिस में आके खलो जाती पिछे जा तू भी मुख्य जानते कई बार वेखी वीडियो वेखी है जी पुलिस को खतरा पेना वर्कर ही पेना कुछ ना कोई कार्रवाई कर दे। हम अगली गल करते जनता दरबार तुम लाया चंद बंद सद्या जो एक गल खबर का शिकार बनी या सोशल मीडिया बनी तो बहुत सारे लोग आप भारे चले गए जी। उन्होंने कह दिता भाई तुम अंदर नहीं जा सकते जिन्हों की लिस्ट बनी वह अपनी जाके गल कर शिकायत आती है जी। शिकायत तो यह आती है वो शिकायत भी पाई जाती है भी वेखो जी असं अपने घर रही साढ़े गुआढ़ी जो सू परेशान कर दिया परेशान करके चाहते भी छड़ के चल जाते इन्हें जायदाद से कब्जा कर जी। एक चौंकी इंचार्ज की शिकायत मुख्यमंत्री सुन रहा दसो अज की डेट के पंचायत मंत्री जे कि वेखो पंचायत मंत्री कोई अधिकार नहीं कि ट्रैक्टर लैके तू आप जाके कब्जा करें। डिपार्टमेंट ने करना डिपार्टमेंट करना डीसी ने करना डीसी जी। तुम सिर्फ जाके उसे खलोगे चलो खलोगे कोई गल नहीं लेकिन जे कोई घटना वापरते कौन जिम्मेवार फिर तुम ट्रैक्टर जी ने मैं चलो ना जी मैं जाके कब्जा लेना जो करो हाँ मूह रोज शेरगढ़ वाले पास बठिंडे वाले पास जी। तुम पता की बने शेरगढ़ के हाँ पता ही है जी डांग सोटी चल पी पूरी उत्थे बिल्कुल 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 उत्थे वो ठीक ने मैं सोचा किसान ठीक है 37 एकड़ जमीन जिन्ना जिन को स्टे भी है कोर्ट की कहते बिल्कुल असि नहीं मानते जी अस कब्जा खा रहे आ गए फिर किसान जी ने सही इकट्ठे होके आ गए चलो नहीं देंगे की करे 37 एकड़ मालक जमीन है बाकी कोई है नहीं इस करके सरकार कोई प्लैन बना के फिर काम करना चाहिए प्लैन तुम बनाई कोई नहीं प्लैन उठ तुर पे जी असं कब्जे लाने जो योजी राजकता सूबे च फैलती है लोग कहेंगे भुखे मरना इन्हें पुलिस की गोली खा के मरो चंगी गल। ए पट्टी साहब मैं तुम्हें एक होर चीज दसदा है देखो पंचायती जमीन बड़िया ने बड़ा तरीका एक हूँ सब तो वड्डी एदू बाद मुश्किल की आनी है तुम्हें पता भी हजारा एकड़ कस्टोडियन की जमीन पई है केंद्र की बार्डर के नाल नाल बिल्कुल जी 6 लाख एकड़ है जी जिदे उत्ते खास करके राय सिख बरादरी दे लोग काबज ने आजादी तो बाद काबज ने सरकार ने उन्होंने बिठाया बार्डर के उत्ते उस तरह जिमें आप बिहार इतों की गुजरात की गल करते हैं
ਗਰਦੌਰੀਆਂ ਉਹਨਾਂ ਦੇ ਨਾ ਸਾਰਾ ਕੁਝ ਉਹਨਾਂ ਦੇ ਨਾ ਮਾਲਕੀ ਦਾ ਉਹਨਾਂ ਨੂੰ ਜਿਵੇਂ ਉਹ ਕਹਿੰਦੇ ਹੁੰਦੇ ਨਾ ਵੀ ਟੁੱਕ ਜਿਹੜਾ ਉਹ ਲਮਕਾਇਆ ਜਾਂਦਾ ਵੀ ਹਾਂ ਤੁਹਾਨੂੰ ਮਾਲਕੀ ਦਿਆਂਗੇ ਮਾਲਕੀ ਦਿਆਂਗੇ ਹਰ ਇਲੈਕਸ਼ਨ ਦੇ ਵਿੱਚ ਹੁੰਦਾ ਜੀ ਤੁਹਾਨੂੰ ਮਾਲਕੀ ਦਾ ਹੱਕ ਮਿਲੇਗਾ ਹਕੂਕ ਮਿਲੇਗਾ ਕੇਂਦਰ ਨੇ ਦੇਣਾ ਹੁਣ ਫਿਰ ਕੱਲ੍ਹ ਨੂੰ ਤਾਂ ਫਿਰ ਕੇਂਦਰ ਵੀ ਪੈ ਜੂਗੀ ਇਸ ਗੱਲ ਨੂੰ ਵੀ ਸਾਡੀ ਜ਼ਮੀਨ ਹੈ ਜੀ ਉਹਦਾ ਕੀ ਬਣੂ ਫਿਰ ਮੈਂ ਨਹੀਂ ਕਹਿੰਦਾ ਕਿ ਵੀ ਨਾ ਛਡਾਓ ਗੈਰ ਛਡਾ ਲਓ ਭਾਈ ਜਿੱਥੇ ਗੈਰ ਕਾਬਜ ਨੇ ਤਕੜੇ ਕਾਬਜ ਨੇ ਦੋ ਨੰਬਰ ਨਾਲ ਕਾਬਜ ਨੇ ਜਿਨ੍ਹਾਂ ਨੇ ਲੀਡਰਾਂ ਨੇ ਕਬਜ਼ਾ ਕੀਤਾ ਹੋਰ ਕੀਤਾ ਪਰ ਜਿੱਥੇ ਜ਼ਿਮੀਂਦਾਰ ਕਿਸਾਨ ਛੋਟਾ ਕਿਸਾਨ ਕਾਬਜ ਹੈ ਪੰਚਾਇਤ ਦੇ ਨਾਲ ਉਹਨਾਂ ਦਾ ਸਟੇ ਹੈ ਸਾਰਾ ਕੁਛ ਸਟੇ ਹੈ ਉਹ ਕਿਉਂ ਧੱਕਾ ਕਰੀ ਜਾਂਦੇ ਇੱਕ ਟਰਾਂਸਪੈਰੈਂਟ ਕਰੋ ਨਾ ਕਿੱਥੇ ਚੰਡੀਗੜ੍ਹ ਦੀਆਂ ਕੀ ਕਹਿੰਦੇ ਪਹਾੜੀਆਂ ਤੋਂ ਚੱਲੇ ਤੁਸੀਂ ਪਿੰਡਾਂ 'ਚ ਆਉਣ ਵੜੇ ਤੁਸੀਂ ਉਹ ਤਾਂ ਛਡਾਓ ਹਾਂ ਬਿਲਕੁਲ ਰਾਜੇਪਾਲ ਸਾਹਿਬ ਨੇ ਇਹੋ ਕਹੀ ਸਿੱਧੂ ਸਾਹਿਬ ਨੇ ਇਹੋ ਕਿਹਾ ਜੀ ਗਰੀਬ ਕਿਸਾਨਾਂ ਨੂੰ ਪਰੇਸ਼ਾਨ ਨਾ ਕਰੋ ਜੇ ਕਿਤੇ ਤੁਸੀਂ ਵਾਕਈ ਆਪਣਾ ਖਜ਼ਾਨਾ ਭਰਨਾ ਤੇ ਤੁਹਾਡੇ ਕੋਲੇ ਕੁਲਦੀਪ ਸਿੰਘ ਦੀ ਤੇ ਜਿਹੜੇ DGP ਚੰਦਰ ਸ਼ੇਖਰ ਸਿੰਘ ਦੀ ਰਿਪੋਰਟਾਂ ਪਈਆਂ ਨੇ ਬਿਲਕੁਲ ਕੱਢ ਲਓ ਬਾਹਰ ਉਹਨਾਂ ਨੂੰ ਜਿਹੜੇ ਕਾਬਜ਼ ਖਿਲਾਓ ਨਾ ਉਹ ਤੁਹਾਡੇ ਅਰਬਾਂ ਖਰਬਾਂ ਵੀ ਉੱਥੇ ਪੈਦਾ ਹੋ ਜਾਣੇ ਉੱਧਰ ਤੁਸੀਂ ਮੂੰਹ ਨਹੀਂ ਕਰਦੇ ਕਿ ਉਹ ਤਕੜੇ ਨਾ ਡਾਟੇ ਦਾ ਸੱਤੀ ਵੀ ਸੌ ਆ ਜੀ ਇਹੀ ਤਾਂ ਕਹਾਣੀ ਹੈ ਨਾ ਜੀ ਚਲੋ ਉੱਧਰ ਬਲਡੋਜ਼ਰ ਵੀ ਡਾਢਿਆਂ ਦੇ ਨਹੀਂ ਚੱਲ ਰਹੇ ਉੱਥੇ ਵੀ ਦਿੱਲੀ ਕੀ ਕਹਿੰਦੇ ਆ ਮਾੜਿਆਂ ਤੇ ਹੀ ਚੱਲ ਰਹੇ ਨੇ ਵੇਖੋ ਜਿਹੜੀ ਦਿੱਲੀ ਦੀ ਗੱਲ ਹੈ ਨਾ ਜੀ ਦਿੱਲੀ ਦੇ ਵਿੱਚ ਉੱਥੇ ਇਹਨਾਂ ਨੇ ਕੀ ਕੀਤਾ ਪਾਲਿਸੀ ਬਣਾਈ ਵੀ ਘੱਟੋ ਘੱਟ ਮੇਰੇ ਖਿਆਲ ਉੱਥੇ ਪਈ ਪੱਟੀ ਸਾਹਿਬ ਆਪਾਂ ਇੱਕ ਕਾਲ ਲੈ ਲਈਏ ਪਹਿਲਾਂ ਕਾਲ ਲੈ ਲਈਏ ਫਿਰ ਅੱਗੇ ਚੱਲਦੇ 9164106066 ਤੇ ਆਉਂਦੇ ਰਹੋ ਜੀ ਦੋਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਸੁਖਦੀਪ ਬੋਲਦਾ ਜੀ ਮੈਂ ਰਵਾਨਾ ਲਵੇ ਸਿੰਘ ਜੀ ਸਤਿ ਸ੍ਰੀ ਅਕਾਲ ਸੁਖਦੀਪ ਜੀ ਸਤਿ ਸ੍ਰੀ ਅਕਾਲ ਵੀ ਜੀ ਮੈਂ ਨਾ ਇੱਕ ਨਾ ਆਪਾਂ ਕਹਿੰਦੇ ਵੀ ਰਵੀਸ਼ ਕੁਮਾਰ ਨੇ ਨਾਂ ਧਰਿਆ ਸੀਗਾ ਵੀ ਜਿਹੜੇ ਨਾ ਵਿੱਚ ਪੱਤਰਕਾਰ ਆ ਜਿਹੜੇ ਗੋਦੀ ਚੜਿਆ ਹੋਈ ਉਹ ਗੋਦੀ ਮੀਡੀਆ ਤੇ ਉਹ ਮੋਦੀ ਮੀਡੀਆ ਦੇ ਨਾਲ ਮਿਲਾਇਆ ਸੀ ਉਹਨੂੰ ਵੀ ਗੋਦੀ ਮੀਡੀਆ ਤੇ ਮੋਦੀ ਮੀਡੀਆ ਤੇ ਜਿਹੜੇ ਇੱਕ ਪੰਜਾਬ ਦੇ ਨਾ ਪੰਜਾਬ ਦੇ ਵਿੱਚ ਵੀ ਹੈਗੇ ਆ ਕੁਝ ਪੱਤਰਕਾਰ ਆ ਕਈ ਪੱਤਰਕਾਰ ਆਪਣੇ ਇਹਨਾਂ ਦਾ ਕੈਪਟਨ ਦਾ ਗੁਣਗਾਨ ਗਾਉਂਦੇ ਜਦੋਂ ਵੀ ਕੋਈ ਗੱਲ ਕਰਨੀ ਹੈ ਕੈਪਟਨ ਦੀ ਹਰ ਹਾਲਤ ਚ ਸਲਾਹਤਾ ਕਰਨੀ ਜਦਕਿ ਉਹਨੂੰ ਬਈ ਵੋਟਾਂ ਪਾ ਕੇ ਅਸੀਂ ਜਿਤਾਤਾ ਉਹਦਾ ਖਮਿਆਜਾ ਉਹਨੂੰ ਦੇਤਾ ਵੀ ਜਿਹੜਾ ਪਾਣੀ ਧਾਣੀ ਦਾ ਉਹਨੇ ਕੀਤਾ ਸੀ ਕੁਛ ਹੁਣ ਕਈ ਪੱਤਰਕਾਰ ਇਹੋ ਜਿਹੇ ਆ ਜਿਹੜੇ ਆਪ ਵਾਲਿਆਂ ਦਾ ਗੁਣਗਾਨ ਸਪੈਸ਼ਲੀ ਕਰਦੇ ਆ ਤੁਹਾਡੀ ਹੁਣ ਖਬਰ ਸੁਣੀ ਕਿਸਾਨ ਜਿਹੜਾ ਤੁਸੀਂ ਨਿਰਪੱਖ ਖਬਰ ਦਿੱਤੀ ਹੈ ਤੇ ਪੂਰੇ ਵੀ ਵਧੀਆ ਜਿਵੇਂ ਕਹਿੰਦੇ ਨਜ਼ਾਰਾ ਆ ਗਿਆ ਪੰਜਾਬੀ ਦੇ ਵਿੱਚ ਕਹਿਣ ਨੂੰ ਤੇ ਇਸ ਤੋਂ ਪਹਿਲਾਂ ਮੈਂ ਕਿਸੇ ਦੀ ਹੋਰ ਖਬਰਾਂ ਸੁਣੀ ਜਾਂਦਾ ਸੀ ਉਹਨੇ ਜਿੰਨਾ ਗੁਣਗਾਨ ਕੀਤਾ ਆਪ ਦਾ ਕੀਤਾ ਤੇ ਕਿਸਾਨ ਯੂਨੀਅਨ ਨੂੰ ਨਿੰਦਿਆ ਜਿੰਨਾ ਚਲੋ ਨਿੰਦਣ ਯੋਗ ਵਿੱਚ ਹੁੰਦੀਆਂ ਗੱਲਾਂ ਸਾਰੀਆਂ ਕੋਈ ਇਹ ਨਹੀਂ ਵੀ ਪ੍ਰੋਪਰ ਸਾਰੇ ਇਹੀ ਯੂਨੀਅਨ ਨਹੀਂ ਸਹੀ ਹੈ ਉਹਦੇ ਵਿੱਚ ਅਸੀਂ ਵੀ ਹੈਗੇ ਹਾਂ ਪਰ ਇੰਨਾ ਜੀ ਇਹਨਾਂ ਨੂੰ ਇੱਦਾਂ ਦਾ ਵੀ ਨਾਂ ਨੂੰ ਧਰੋ ਜੀ ਕੋਈ ਪੰਜਾਬ ਵਾਲਿਆਂ ਦਾ ਗੋਦੀ ਮੀਡੀਆ ਤੋਂ ਬਗੈਰ ਕੀ ਧਰਿਆ ਜਾ ਸਕਦਾ ਧੰਨਵਾਦ ਮਿਹਰਬਾਨੀ ਸੁਖਦੀਪ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਮੈਂ ਆਪਣੇ ਮਨ ਦੀ ਗੱਲ ਕਰਨਾ ਕਿ ਅਸੀਂ ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਆਪਣੀ ਸਮਝ ਦੇ ਮੁਤਾਬਕ ਉਹ ਨਿਰਪੱਖ ਦਿੱਤੀ ਹੈ ਜੀ ਕਈ ਵਾਰੀ ਸਾਨੂੰ ਉਹਦਾ ਨੁਕਸਾਨ ਵੀ ਉਠਾਉਣਾ ਪਿਆ ਬਿਲਕੁਲ ਜੀ ਬੜਾ ਕੁਛ ਕਰਨਾ ਪਿਆ ਸਾਨੂੰ ਲੇਕਿਨ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੇ ਕੰਮ ਕਰਨਾ ਤੇ ਸਹੀ ਕਰੋ ਜੇ ਨਹੀਂ ਕਰਨਾ ਤੇ ਨਾ ਕਰੋ ਜਿਹੜੀ ਗੱਲ ਤੁਸੀਂ ਕਹੀ ਆ ਗੰਢਿਆਂ ਚ ਗੰਢੇਲ ਨੀ ਇੱਥੇ ਸਾਰੀ ਗੰਢੇਲ ਇਕੱਠੀ ਹੋਈ ਤੇ ਗੰਢੇ ਬੜੇ ਘੱਟ ਰਹੇ ਬਿਲਕੁਲ ਸਾਡੇ ਮੀਡੀਆ ਦੇ ਵਿੱਚ ਜਿਹੜਾ ਮਰੀ ਚੁੱਕਦਾ ਯੂਟਿਊਬ ਚੈਨਲ ਮਿਲਣਾ ਜੀ ਮੈਂ ਫਲਾਣੇ ਚੈਨਲ ਸੀ ਮੈਂ ਢੀਂਗੜੀ ਚੈਨਲ ਤੇ ਪਤਾ ਨੀ ਕੀ ਕੁਛ ਪਾਈ ਜਾਂਦੇ ਨਾਲੇ ਉਹਨੂੰ ਆਈ ਨੀ ਪਤਾ ਹੁੰਦਾ ਵੀ ਇਹਦਾ ਪੱਤਰਕਾਰਤਾ ਹੁੰਦੀ ਕੀ ਹੈ ਤੇ ਜਦੋਂ ਉਹਨਾਂ ਦੀਆਂ ਖਬਰਾਂ ਪੜ੍ਹਦੇ ਉਹਨਾਂ ਨੂੰ ਤਦੀਆਂ ਨੂੰ ਆਈ ਨੀ ਪਤਾ ਹੁੰਦਾ ਵੀ ਜੋ ਲਿਖ ਰਹੇ ਆ ਉਹ ਕੀ ਲਿਖ ਰਹੇ ਨੇ ਕੀ ਲਿਖ ਰਹੇ ਨੇ ਹਾਂ ਇਸ ਕਰਕੇ ਪਹਿਲੀ ਗੱਲ ਤੇ ਸੋਚਦੇ ਵੀ ਥੋੜਾ ਜਿਹਾ ਇਹਦਾ ਸਟੈਂਡਰਡ ਮੇਨਟੇਨ ਕਰਨ ਜਾਂ ਗਵਰਨਮੈਂਟ ਨੂੰ ਕਿ ਕਿਹੜਾ ਬੰਦਾ ਪੱਤਰਕਾਰ ਬਣ ਸਕਦਾ ਕਿਹੜਾ ਨਹੀਂ ਬਣ ਸਕਦਾ ਤੁਹਾਡੇ ਅੰਮ੍ਰਿਤਸਰੀ ਹੋ ਗਏ ਸੀ ਕੰਮ ਜਾ ਹਨਾ ਚੱਕ ਕੇ ਲੈ ਗਏ ਪੁਲਿਸ ਵਾਲੇ ਅੰਦਰ ਇੱਕ ਨੂੰ ਉਹ ਕੀ ਸੀ ਬੜੀ ਹੋਈ ਬੜੀ ਬੜੀ ਹੁੰਦੀ ਜੀ ਬੜੀ ਹੁੰਦੀ ਇਹੋ ਜੀ ਇਹੋ ਜੀ ਗੱਲ ਬੜੀ ਹੁੰਦੀ ਵੇਖੋ ਤੁਸੀਂ ਕਿਤੇ ਕੁਝ ਆਪਸ ਵਿੱਚ ਤੂੰ ਤੂੰ ਮੈਂ ਹੋ ਰਹੀ ਹੈ ਤੁਹਾਡੀ ਕੋਈ ਕਿਸੇ ਕੇਸ ਦੀ ਤੁਸੀਂ ਵੀਡੀਓ ਬਣਾ ਤੁਹਾਨੂੰ ਕੀ ਦਿਖਾਰੇਗਾ ਤੁਸੀਂ ਥਾਣੇ ਜਾ ਕੇ ਵੀਡੀਓ 'ਚ ਹੀ ਥਾਣੇ 'ਚ ਬਣੀ ਘੱਟੋ ਘੱਟ ਐਸ ਐਸ ਡੀ ਪਰਮਿਸ਼ਨ ਲਓ ਜੀ ਕੀ ਕੰਮ ਕਰ ਲਈ ਬਿਲਕੁਲ ਬਿਲਕੁਲ ਕਾਗਜ਼ ਪੁੱਛ ਲਏ ਹੁਣ ਪੁਲਿਸ ਨੂੰ ਕਹਿੰਦਾ ਤੁਹਾਡੀ ਗੱਡੀ ਦੇ ਮੈਨੂੰ ਕਾਗਜ਼ ਦਿਖਾਓ ਹੁਣ ਪੱਤਰਕਾਰ ਕੋਲੇ ਕੀ ਅਧਿਕਾਰ ਹੈ ਵੀ ਪੁਲਿਸ ਦੀ ਗੱਡੀ ਦੇ ਕਾਗਜ਼ ਮੰਗੇ ਨਹੀਂ ਇਹ ਵੀ ਹੋਇਆ ਸੀ ਜੀ ਤੁਹਾਨੂੰ ਦੱਸਣ ਲੱਗੇ ਇਹ ਵੀ ਹੋਇਆ ਇੱਕ ਵਾਰੀ ਇੱਕ ਵਾਰੀ ਹੋਇਆ ਵੀ ਪੱਤਰਕਾਰ ਜਾ ਰਹੇ ਸੀ ਉਹਨਾਂ ਦੇ ਕਾਗਜ਼ ਮੰਗੇ ਕਾਗਜ਼ ਵਿਖਾਓ ਉਹਨਾਂ ਕਾਗਜ਼ ਵਿਖਾ ਦਿੱਤੇ ਉਹਨਾਂ ਨੇ ਗੱਡੀ ਪਿੱਛੇ ਲਾ ਲਈ ਜੀ ਆਪੇ ਇੱਕ ਮੋਟਰਸਾਈਕਲ ਪਿੱਛੇ ਲਾ ਲਏ ਜਦੋਂ ਉਹ ਪੁਲਿਸ ਵਾਲੇ ਤੇ ਹਾਈਕੋਰਟ ਦੀ ਟੀਮ ਤੁਰੀ ਨਾ ਤੇ ਕਿਸੇ ਨੇ ਬੈਲਟ ਨਹੀਂ ਚਲਾਈ ਅੱਛਾ ਜੀ ਉਹਨਾਂ ਅੱਗੇ ਕਰਕੇ ਫੋਟੋ ਉਹ ਵਧੀਆ ਸੀ ਉਹ ਕੰਮ ਠੀਕ ਹੈ ਜਦੋਂ ਜਦੋਂ ਸਰਕਟ ਹਾਊਸ ਗਏ ਤੇ ਉਹਨਾਂ ਪੁੱਛਿਆ ਵੀ ਤੁਸੀਂ ਕਿੰਨੇ ਚਲਾਨ ਕੀਤੇ ਕੀ ਕੀਤਾ ਕੀ ਕੀਤਾ
ਉਹ ਕਹਿੰਦੇ ਕੀਤੇ ਕਹਿੰਦੇ ਜੀ ਆਹ ਫੋਟੋ ਫਿਰ ਆਪਣਾ ਚੈਨਲ ਆਪ ਕਰ ਲਓ ਜੇ ਤੁਹਾਡੇ ਚਮਤੇ ਚ ਕਰ ਲਓ ਨਹੀਂ ਹੈਗੀ ਤੇ ਕੋਈ ਗੱਲ ਨੀ ਅਸੀਂ ਕਿਹੜੇ ਤੁਹਾਡੇ ਗੱਲ ਪੈ ਜਾਣਾ ਤੁਹਾਨੂੰ ਦੱਸਿਆ ਵੀ ਜੇ ਤੁਸੀਂ ਵਾਕਿਆ ਇੰਪਲੀਮੈਂਟ ਕਾਨੂੰਨ ਕਰਨਾ ਚਾਹੁੰਦੇ ਹੋ ਫੋਰਨ ਨੂੰ ਕਰਨਾ ਚਾਹੁੰਦੇ ਹੋ ਤੇ ਪਹਿਲਾਂ ਆਪਣਾ ਆਧਾਰ ਘਰ ਸੁਧਾਰੋ ਇਹ ਤੁਹਾਨੂੰ ਤੁਹਾਨੂੰ ਅਥਾਰਟੀ ਨਹੀਂ ਕਿ ਤੁਸੀਂ ਜੋ ਮਰਜ਼ੀ ਕਰੀ ਜਾਓ ਇਸ ਕਰਕੇ ਚਲੋ ਉਹਨਾਂ ਨੇ ਕੀ ਕੀਤਾ ਮੇਰੀ ਬਹੁਤੀ ਜਾਣਕਾਰੀ ਚ ਨਹੀਂ ਹੈਗਾ ਜੀ ਲੇਕਿਨ ਚਲੋ ਆਪਾਂ ਦਿੱਲੀ ਵੱਲ ਨੂੰ ਚੱਲੀਏ ਜੀ ਦਿੱਲੀ ਵੱਲ ਨੂੰ ਚੱਲੀਏ ਜੀ ਹਾਂਜੀ ਉਹ ਗੱਲ ਕਰਦੇ ਸੀ ਆਪਾਂ ਜੀ ਜਿਹੜੀ ਦਿੱਲੀ ਦੇ ਵਿੱਚ 50 ਲੱਖ ਕੱਚੀਆਂ ਕਲੋਨੀਆਂ ਨੇ 10 ਲੱਖ ਲੋਕ ਝੁੱਗੀਆਂ ਝੁੰਮਣ ਚ ਰਹਿੰਦੇ ਜੀ 3 ਲੱਖ ਲੋਕਾਂ ਨੇ ਆਪਣੇ ਕਹਿੰਦੇ ਛੱਜੇ ਵਧਾ ਲਿਆ ਕੁਛ ਵਧਾ ਲਿਆ ਕਰ ਲਿਆ ਤੇ ਇਹ 63 ਲੱਖ ਮਕਾਨ ਤੇ ਦੁਕਾਨਾਂ ਸਰੇਦਾਰੇ ਬਣਦੇ ਇਹਨਾਂ ਦੇ ਜਿਹੜੀ ਕੇਂਦਰ ਸਰਕਾਰ ਹੈ ਦਿੱਲੀ ਦੀ ਕਾਰਪੋਰੇਸ਼ਨ ਆ ਉਹ 63 ਲੱਖ ਨੂੰ ਢਾਉਣਾ ਚਾਹੁੰਦੀ ਹੈ ਬਕਾਇਦਾ ਤੌਰ ਤੇ ਕੇਜਰੀਵਾਲ ਸਾਹਿਬ ਨੇ ਉੱਥੇ ਜਿਹੜਾ ਚੰਗਾ ਕੰਮ ਕੀਤਾ ਚੰਗਾ ਕਹਾਂਗੇ ਉਹਨਾਂ ਨੇ ਉਹਨਾਂ ਨੂੰ ਪੱਤਰ ਲਿਖਿਆ ਵੀ ਤੁਸੀਂ ਢਾਓ ਨਾ ਜੀ ਆਹ ਜਿਹੜੇ ਗਰੀਬ ਲੋਕ ਨੇ ਜਿਹੜੇ 10 ਲੱਖ ਝੁੰਮਣ ਚ ਰਹਿੰਦੇ ਆ ਇਹਨਾਂ ਵਾਸਤੇ ਅਸੀਂ ਮਕਾਨ ਬਣਾ ਰਹੇ ਹਾਂ ਜਲਦੀ ਮਕਾਨ 3 ਬਣ ਜਾਣਗੇ ਇਹਨਾਂ ਨੂੰ ਸ਼ਿਫਟ ਕਰ ਦਾਂਗੇ ਤੇ ਮੁੜ ਕੇ ਤੁਸੀਂ ਜੋ ਮਰਜ਼ੀ ਕਰ ਲਿਓ ਤੇ ਇਹਨਾਂ ਨੂੰ ਬੇਕਰਨਾ ਕਰੋ ਜੀ ਕੇਜਰੀਵਾਲ ਸਾਹਿਬ ਨੇ ਵੀ ਕਿਹਾ ਵੀ ਤੁਹਾਡੀਆਂ ਸਰਕਾਰਾਂ ਜੋ ਕੇਂਦਰ ਦੀਆਂ ਬਣੀਆਂ ਤੁਸੀਂ ਲਿਖ ਕੇ ਦੇ ਦਿਓ ਇਹਨਾਂ ਨੂੰ ਵਾਅਦੇ ਕਰ ਦਿਓ ਆਪਣੇ ਜੋ ਮੈਨੀਫੈਸਟੋ ਦੇ ਵਿੱਚ ਕਿ ਇਹਦੇ ਕਲੋਨੀਆਂ ਜਿਹੜੀਆਂ ਕੱਚੀਆਂ ਪੱਕੀਆਂ ਕੀਤੀਆਂ ਜਾਣਗੀਆਂ ਜਿਹੜੇ ਆਹ ਝੁੱਗੀਆਂ ਚ ਆਉਣੇ ਬੈਠੇ ਲੋਕ ਇਹਨਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਣਗੇ ਜੀ ਤੇ ਫਿਰ ਤੁਹਾਨੂੰ ਅੱਜ ਕੀ ਅਧਿਕਾਰ ਹੈ ਵੀ ਤੁਸੀਂ ਇਹਨੂੰ ਜਾ ਕੇ ਝੁਕਾਓ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਤੁਸੀਂ ਧੰਦਾ ਬੰਦ ਕਰੋ ਇਹ ਗੱਲ ਮਾੜੀ ਕਰ ਰਹੇ ਹੋ ਤੁਸੀਂ ਇਹ ਨਹੀਂ ਹੋਣਾ ਚਾਹੀਦਾ ਤੇ ਲੋਕਾਂ ਨੂੰ ਰਿਲੀਫ ਸਰਕਾਰ ਦਾ ਕੰਮ ਹੈ ਲੋਕਾਂ ਨੂੰ ਰਿਲੀਫ ਦੇਣਾ ਨਾ ਕਿ ਲੋਕਾਂ ਨੂੰ ਪਰੇਸ਼ਾਨ ਕਰਨਾ ਜਿਹੜੇ ਹੁਣ ਜੇ ਕੋਈ 50 ਲੱਖ ਕਲੋਨੀ ਦੇ ਹੈਗੇ ਲੋਕ ਜੀ ਤੁਸੀਂ ਉਹਦੇ ਕਾਟਾ ਤੇ ਕਿੱਥੇ ਜਾਣਗੇ ਹਾਂ ਬਿਲਕੁਲ ਬਿਲਕੁਲ ਫਿਰ ਹਾਹਾਕਾਰ ਤੇ ਮੱਚੇਗੀ ਨਾ ਦਿੱਲੀ ਚ ਲੁੱਟ ਖਸੁੱਟ ਵਧੂਗੀ ਜੀ ਲੁੱਟ ਖਸੁੱਟ ਵਧੂਗੀ 10 ਲੱਖ ਝੁੱਗੀ ਝੁੱਗੀ ਝੁੰਮ ਚ ਰਹਿੰਦੇ ਆ ਜਿਹੜੀ ਸ਼ੀਲਾ ਦੀਕਸ਼ਿਤ ਉਹ 3 ਵਾਰੀ ਮੁੱਖ ਮੰਤਰੀ ਕਿਉਂ ਬਣ ਗਈ ਸੀ ਉਹਦਾ ਕਾਰਨ ਸੀ ਉਹਨੇ ਝੁੱਗੀ ਝੌਂਪੜੀਆਂ ਤੱਕ ਜਿਹੜੇ ਬਿਜਲੀ ਦੇ ਮੀਟਰ ਪਹੁੰਚਾਤੇ ਸੀ ਤੇ ਗੈਸ ਸਿਲੰਡਰ ਪਹੁੰਚਾਤੇ ਜੀ ਲੋਕ ਉਹਨੂੰ ਮਾਂ ਕਹਿ ਕੇ ਯਾਦ ਕਰਦੇ ਸੀ ਸਾਡਾ ਇਹਨੇ ਬੜਾ ਸਵਾਰਿਆ ਇਹਨੇ ਚਲੋ ਇੱਕ ਹਵਾ ਆਈ ਕੇਜਰੀਵਾਲ ਸਾਹਿਬ ਆ ਗਏ ਕੇਜਰੀਵਾਲ ਉਦੋਂ ਗਾਂਹ ਲੰਘ ਗਏ ਉਹਨਾਂ ਨੇ ਜਾ ਕੇ ਤੇ ਜਿਹੜੇ ਸੀ ਉਹ ਮੱਲਾ ਕਲੀਨਿਕ ਖੋਲ ਤੇ ਸਕੂਲਾਂ ਸੁਧਾਰ ਕੀਤਾ ਚੰਗੀ ਗੱਲ ਹੋਣੀ ਚਾਹੀਦੀ ਆ ਦੇਖੋ ਹੁਣ ਕੇਜਰੀਵਾਲ ਸਾਹਿਬ ਉੱਥੇ ਤੇ ਕਹਿੰਦੇ ਬਲਡੋਜ਼ਰ ਨਾ ਚਲਾਓ ਜੀ ਤੇ ਪੰਜਾਬ ਦੇ ਕਹਿੰਦੇ ਜੇ ਕਿਸੇ ਕੋਲ ਸਟੇ ਵੀ ਹੈਗਾ ਤੇ ਕਬਜ਼ਾ ਚੱਕਦੇ ਚੌਂਟੇ ਦੋਹਰੇ ਮਾਪਦੰਡ ਨਾ ਅਪਣਾਏ ਜਾਣ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਕਾਨੂੰਨ ਨੂੰ ਕਰਨ ਦਿੱਤੀ ਜਾਣੀ ਚਾਹੀਦੀ ਜੀ ਖਾਲਸਾ ਜੀ ਆਉਣੇ ਨੂੰ ਜੀ ਤੁਸੀਂ ਸਤਿ ਸ੍ਰੀ ਅਕਾਲ ਹਾਂਜੀ ਧੰਨਵਾਦ ਸਾਹਿਬ ਤੁਹਾਨੂੰ ਅਮਰੀਕਾ ਬਾਰੇ ਵੀ ਲਿਖਦੇ ਹੋਣਗੇ ਤੇ ਕੈਨੇਡਾ ਬਾਰੇ ਵੀ ਲਿਖਦੇ ਹੋਣਗੇ ਅੱਛੀ ਗੱਲ ਹੈ ਚਲੋ ਜਿਹੜਾ ਜ਼ਰੂਰ ਲਾਉਣਾ ਚਾਹੀਦਾ ਲੋਕਾਂ ਦੀ ਗੱਲ ਤੁਹਾਡੇ ਪੱਲੇ ਪਊਗੀ ਔਰ ਤੁਸੀਂ ਗਾਂਹ ਸਾਰੀਅਤ ਜਿਹੜੀ ਸੁਣਨ ਵਾਲੀ ਹੈ ਜਨਤਾ ਸੁਣਨ ਵਾਲੀ ਹੈ ਉਹਨਾਂ ਤੱਕ ਪਹੁੰਚਾਏਗਾ ਪੱਟੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਸਾਡਾ ਪ੍ਰੋਗਰਾਮ ਰਹਿ ਜਾਣਾ ਸੀ ਮੈਨੂੰ ਚੇਤਾ ਭੁੱਲਾ ਸੀਗਾ ਪਿੱਛੇ ਜਵਾਬ ਬਹੁਤ ਵੱਡਾ ਹੋਊ ਸ਼ਹਿਰੀ ਜ਼ਮੀਨ ਤੇ ਜਿਹੜੇ ਲੋਕਾਂ ਨੇ ਟੱਕੇ ਨਾਲ ਨਜਾਇਜ਼ ਕਬਜ਼ੇ ਕੀਤੇ ਆ ਉਹਦੇ ਵੱਲ ਵੀ ਮੂੰਹ ਹੋਇਆ ਉਹ ਵੋਟਾਂ ਜੀ ਉੱਥੇ ਦੂਜਾ ਕੇਜਰੀਵਾਲ ਜਿੱਥੇ ਉਹ ਦਿੱਲੀ ਚ ਇੱਕ ਜਿੱਥੇ ਫੈਕਟਰੀ ਬਣਾਉਣ ਦੀ ਇਜਾਜ਼ਤ ਨਹੀਂ ਸੀ ਉੱਥੇ ਅੱਗ ਲੱਗ ਗਈ ਉੱਥੇ ਲੋਕ ਮਾਰੇ ਗਏ ਕੇਜਰੀਵਾਲ ਉੱਥੇ ਤਾਂ ਪਹੁੰਚ ਗਿਆ ਜਦੋਂ ਮੁਸਲਮਾਨਾਂ ਦਾ ਜਿਹੜਾ ਉਹ ਕਲੋਨੀ ਸੀ ਸਾਰੀ ਜਿਹੜੀ ਜਿੱਥੇ ਬੜੇ ਬੜੇ ਉਹਨਾਂ ਦੇ ਛੋਟੇ ਮੋਟੇ ਬਿਜ਼ਨਸ ਸੀ ਉਹ ਸਾਰੇ ਉਜਾੜ ਤੇ ਭਾਜਪਾ ਵਾਲਿਆਂ ਨੇ ਉਹ ਉਦੋਂ ਕੇਜਰੀਵਾਲ ਕਿੱਥੇ ਕੋਈ ਹਸਪਤਾਲ ਪਿਆ ਸੀ ਜਾਂ ਕਿੱਥੇ ਪਿਆ ਸੀ ਇੱਕ ਦੂਜਾ ਕੀ ਪੰਜਾਬ ਦੇ ਲੋਕ ਆਸ ਰੱਖਣਗੇ ਕਿ ਭਗਵੰਤ ਮਾਨ ਜਿਸ ਤਰ੍ਹਾਂ ਦਰਬਾਰ ਲਾਈ ਬੈਠਾ ਸੀ ਉੱਥੇ ਚੰਡੀਗੜ੍ਹ ਉੱਥੇ ਪਾਣੀ ਵੀ ਪੀਣ ਨੂੰ ਮਿਲਿਆ ਨਹੀਂ ਤੇ ਦੂਜਾ ਲੋਕ ਇੰਨੇ ਪਰੇਸ਼ਾਨ ਹੋਏ ਉੱਥੇ ਜਦੋਂ ਇਹਨੇ ਕਿਹਾ ਸੀ ਕਿ ਸਾਰੇ ਵਿਧਾਨ ਸਭਾ ਹਲਕੇ ਜਿਹੜੇ ਉਹ ਤੇ ਚੰਡੀਗੜ੍ਹ ਆਉਣ ਦੀ ਲੋੜ ਨਹੀਂ ਤੇ ਚੰਡੀਗੜ੍ਹ ਉੱਥੇ ਹੀ ਹੋਊਗਾ ਲੋਕਾਂ ਦੀ ਗੱਲ ਇੱਥੇ ਸੁਣਨੀ ਸੀ ਕਿ ਜਾਂ ਉੱਥੇ ਸੁਣਨੀ ਸੀ ਦੋ ਗੱਲਾਂ ਇਹ ਹੋ ਸਕਦੇ ਗੱਲ ਹੋ ਚੁੱਕੀ ਹੋਵੇ ਮੈਂ ਲੇਟ ਲਾਇਆ ਹੋਵੇ ਤੇ ਦੂਜੇ ਕੇਜਰੀਵਾਲ ਤੋਂ ਆਸ ਰੱਖੂਗਾ ਪੰਜਾਬ ਨੂੰ ਇਹ ਖਰਾਬ ਕਰਕੇ ਜਾਊਗਾ ਕਿ ਮਨਾ ਕੇ ਜਾਊਗਾ ਤੇ ਜੇ ਇਹਦੀ ਆਦਰ ਕਰਦੇ ਰਹੇ ਤੇ ਬਚ ਜਾਣਗੇ ਪੰਜਾਬ ਦੇ ਜਿਹੜੇ ਲੋਕ ਹੈ ਜਿਨ੍ਹਾਂ ਨੇ ਇੰਨੀਆਂ ਬੜੀਆਂ ਵੋਟਾਂ ਪਾ ਕੇ ਇਹ ਬੜੇ ਸਾਡੇ
ਜਿਹੜੇ ਸ਼ੇਰ ਬੰਦੇ ਜਿਹੜੇ ਹੈਗੇ ਲਿਆਂਦੇ ਇਹ ਜਿਹੜੇ ਐਮ ਐਲ ਏ ਬਣੇ ਹੈ ਇਹਨਾਂ ਤੋਂ ਅਜੇ ਇਹਨਾਂ ਤੋਂ ਕੋਈ ਸਾਨੂੰ ਇਹ ਨਹੀਂ ਹੈ ਇਹਨਾਂ ਤੋਂ ਬੋਤਬਾਜ਼ੀ ਨਹੀਂ ਲੇਕਿਨ ਇਹ ਹੈ ਕਿ ਛਾਤੀ ਕੱਢਣਗੇ ਕਿ ਨਹੀਂ ਕੱਢਣਗੇ ਇਹ ਤਾਂ ਜੀ ਜੀ ਜਿਹੜੀ ਖਾਲਸਾ ਜੀ ਤੁਸੀਂ ਪਹਿਲੀ ਗੱਲ ਕੀਤੀ ਉਹਦੇ ਤੇ ਅਸੀਂ ਕਈ ਵਾਰੀ ਕਹਿ ਚੁੱਕੇ ਕਿ ਪੰਜਾਬ ਦੀ ਤੇ ਦਿੱਲੀ ਦੀ ਹਾਲਤ ਵੱਖੋ ਵੱਖਰੀ ਹੈ। ਦਿੱਲੀ ਦੇ ਵਿੱਚ ਬੜੀ ਵੱਡੀ ਹੋਲਸੇਲ ਮਾਰਕੀਟ ਆ ਜਿੱਥੇ ਬਕਾਇਦਾ ਤੌਰ ਤੇ ਰੈਵਨਿਊ ਬਹੁਤ ਆਉਂਦਾ ਤੇ ਆਈ ਐਸ ਅਫਸਰ ਰਹੇ ਨੇ ਕੇਜਰੀਵਾਲ ਦਿੱਲੀ ਦੇ ਵਿੱਚ ਉਹਨਾਂ ਨੂੰ ਪਤਾ ਸੀ ਵੀ ਕਿੱਥੇ ਚੋਰ ਮਰੀਆਂ ਉਹ ਬੰਦ ਕੀਤੀ ਤੇ ਦਿੱਲੀ ਦਾ ਖਜ਼ਾਨਾ ਭਰ ਗਿਆ। ਪੰਜਾਬ ਦੇ ਵਿੱਚ ਖਜ਼ਾਨਾ ਭਰਨ ਵਾਸਤੇ ਇਹੋ ਜਿਹੀ ਕੋਈ ਵੀ ਵਿਧੀ ਨਹੀਂ ਹੈਗੀ ਜੀ। ਇੱਥੋਂ ਤੱਕ ਕਿ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ ਅਸੀਂ ਦੋ ਦਿਨਾਂ ਦੇ ਵਿੱਚ ਇਨਸਾਫ ਦੇ ਦਿਆਂਗੇ ਕੈਬਲ ਕਲਾਂ ਦਾ ਤੇ ਬਰਗਾੜੀ ਦਾ ਤੇ ਕੋਟਕਪੂਰੇ ਦਾ ਜੀ। ਇੱਥੋਂ ਤੱਕ ਕਹਿਤਾ ਸੀ ਵੀ ਜਿਸ ਦਿਨ ਸਾਡੀ ਸਰਕਾਰ ਬਣੇਗੀ 20,000 ਰੁਪਇਆ ਪਹਿਲੇ ਦਿਨ ਸਾਡੀ 20,000 ਕਰੋੜ ਰੁਪਇਆ ਸਾਡੀ ਪਹਿਲਾਂ ਜੇਬ ਪੈ ਜਾਊਗਾ। ਹੁਣ ਕਿੱਥੇ ਕੀ ਹੈ ਗੱਲਾਂ ਲੋਕਾਂ ਨਾਲ ਜਿਹੜੇ ਸੀ ਵਾਅਦੇ ਵੱਡੇ ਕਰਨੇ ਤੇ ਉਹ ਪੂਰੇ ਨਹੀਂ ਹੋ ਸਕਦੇ ਹੁਣੇ ਵੀ ਨਹੀਂ ਮੈਂ ਤੁਹਾਨੂੰ ਦੱਸ ਜਾਂ ਪੰਜਾਬ ਦੀ ਹਾਲਤ ਇਸ ਤਰ੍ਹਾਂ ਦੀ ਹੈ। ਇਸ ਕਰਕੇ ਕੇਜਰੀਵਾਲ ਸਾਹਿਬ ਉੱਥੇ ਦਿੱਲੀ ਚ ਕੁਛ ਕਹਿੰਦੇ ਆ ਇੱਥੇ ਕੁਛ ਕਹਿੰਦੇ ਆ। ਜਿਹੜੀ ਦੂਸਰੀ ਗੱਲ ਕਿਹੜੀ ਸੀ ਜੀ ਆਹੀ ਜਿਹੜੀ ਕਿ ਜ਼ਮੀਨਾਂ ਵਗੈਰਾ ਦੀ ਗੱਲ ਵੀ ਕੀਤੀ ਸੀ ਮੈਂ। ਹਾਂ ਜ਼ਮੀਨਾਂ ਵਗੈਰਾ ਦੀ ਗੱਲ ਜਿਹੜੀ ਗੱਲ ਤੁਸੀਂ ਜ਼ਮੀਨਾਂ ਦੀ ਗੱਲ ਕੀਤੀ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਵੀ ਜੇ ਕਿਤੇ ਕੇਜਰੀਵਾਲ ਸਾਹਿਬ ਨੇ ਭਗਵੰਤ ਮਾਨ ਨੇ ਕੁਛ ਕਰਨਾ ਤੇ ਸਵਾਦਕ ਦੀਆਂ ਪਾਲੀਆਂ ਪੱਧਰੀਆਂ ਕਰਕੇ ਜਿਹੜੀ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਹੋਏ ਚੜਾ ਦੋ ਕਰੋੜਾਂ ਰੁਪਏ ਦੀ ਜ਼ਮੀਨਾਂ ਨੇ ਜੀ। ਜਿਹੜੀ ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਮੈਨੂੰ ਯਾਦ ਨਹੀਂ ਭਗਤਪੁਰੇ ਵਾਲੀ ਵੇਖੋ 43 ਲੱਖ ਜਿਹੜੀ 3.5 ਕਰੋੜ ਦਾ ਕਿੱਦਾਂ ਤੁਸੀਂ 43 ਲੱਖ ਚ ਦੇ ਰਹੇ ਇਸੇ ਸਰਕਾਰ ਦੇ ਟੈਂਟ ਗਿਆ ਨਾ ਉਹ ਤੁਸੀਂ ਨਵੀਂ ਸਰਕਾਰ ਨੀ ਆਈ ਨਾ ਇਸੇ ਸਰਕਾਰ ਦੇ ਟੈਂਮ ਤੇ 8 ਅਪ੍ਰੈਲ ਨੂੰ ਰਜਿਸਟਰੀ ਹੋਈ ਨਾ ਕਿਉਂ ਕੀਤੀ ਕਿ ਉਦੋਂ ਤੁਸੀਂ ਵੇਖੇ ਵੀ ਰੇਟ ਤੇ ਕੀ ਹੈਗਾ। ਇਸ ਕਰਕੇ ਜਿਹੜੀ ਗੱਲ ਤੁਸੀਂ ਕਹੀ ਆ ਖਾਲਸਾ ਜੀ ਇਹ ਤਖੜਿਆਂ ਵਾਲੇ ਪਾਸੇ ਕਿਸੇ ਮੂੰਹ ਨੀ ਕਰਨਾ ਗਰੀਬਾਂ ਨੂੰ ਤੰਗ ਤੂੰ ਕਰਕੇ ਜਾੜ ਕੇ ਤੇ ਉਹਨਾਂ ਨੂੰ ਕਹਿਣਾ ਜੇ ਅਸੀਂ ਆਹ ਕਰਤਾ ਇੰਨੀ ਜ਼ਮੀਨ ਖਾਲੀ ਕਰੀ ਇੰਨੀ ਜ਼ਮੀਨ ਖਾਲੀ ਕਰੀ ਅਸੀਂ ਕਰਾਉਣੀ ਚਾਹੀਦੀ ਹੈ ਜੀ। ਨਜਾਇਜ਼ ਕਬਜ਼ੇ ਨਹੀਂ ਹੋਣੇ ਚਾਹੀਦੇ ਪਰ ਉਹਦਾ ਕੋਈ ਤਰੀਕਾ ਅਡੋਪਟ ਕਰੋ ਕੋਈ ਨਾ ਕੋਈ। ਜਿਹੜਾ ਮੰਤਰੀ ਆ ਜੀ ਉਹਨੂੰ ਆਪਣੇ ਦਫ਼ਤਰ ਚ ਬਹਿ ਕੇ ਕੰਮ ਕਰਨਾ ਚਾਹੀਦਾ ਉਹ ਜਿਹੜੇ ਡੀਸੀ ਨੂੰ ਕਹੇ ਉਹ ਡੀਸੀ ਆਪਣੇ ਬਲਾਕ ਅਫਸਰ ਨੂੰ ਕਹੇ ਉਹ ਸਾਰਿਆਂ ਨੂੰ ਕਹੇ ਵੀ ਆਹ ਜ਼ਮੀਨ ਖਾਲੀ ਕਰੀ ਸ਼ਮਾ ਤਾਂ ਖਾਲੀ ਹੋਣੀ ਚਾਹੀਦੀ ਕਿਉਂ ਮਰਜ਼ੀ ਅਸੀਂ ਜਾਂਦੇ ਹਾਂ ਅਸੀਂ 50 ਕਰ ਖਾਲੀ ਕਰਾ ਲਈ ਜਾ ਕੇ ਮੰਤਰੀ ਸਾਹਿਬ ਖਲੋ ਜਾਂਦੇ ਫੋਟੋ ਲਵਾ ਲੈਂਦੇ ਜਦੋਂ ਪਾ ਦਿੰਦੇ ਇਹ ਗੱਲਾਂ ਨਹੀਂ ਸੁਭਦੀਆਂ ਨਹੀਂ ਜੀ। ਸੋ ਜੇ ਹੈ ਸਮਾਂ ਤਾਂ ਜੀ ਸ਼੍ਰੋਮਣੀ ਕਮੇਟੀ ਦੀ ਬੰਦੀ ਸਿੱਖਾਂ ਦੀ ਰਿਹਾਈ ਵਾਲੀ ਬਾਰੇ ਗੱਲ ਕਰ ਦਿਓ ਨਹੀਂ ਤਾਂ ਫਿਰ ਇਜਾਜ਼ਤ ਲੈ ਲੈਂਦੇ ਜੀ। ਸ਼੍ਰੋਮਣੀ ਕਮੇਟੀ ਦੀ ਜਿਹੜੀ 3 ਮਈ ਨੂੰ ਮੀਟਿੰਗ ਹੋਈ ਸੀ ਥਮਿੰਦਰ ਸਿੰਘ ਪੰਥਾ ਕਰ ਦਿੱਤਾ ਗਿਆ ਜੀ। ਉਸ ਤੋਂ ਬਾਅਦ ਬੰਦੀ ਸਿੰਘਾਂ ਦੀ ਗੱਲਬਾਤ ਇੱਕ ਮੀਟਿੰਗ ਹੋਈ ਸੀ ਜਹਿਦਰ ਅਕਾਲ ਤਖ਼ਤ ਤੇ ਉਹਦੇ ਵਿੱਚ ਉਹਨਾਂ ਕਿਹਾ ਸੀ ਸ਼੍ਰੋਮਣੀ ਕਮੇਟੀ ਸਾਰੀਆਂ ਧਿਰਾਂ ਨੂੰ ਬੁਲਾ ਕੇ ਇੱਕ ਮੀਟਿੰਗ ਕਾਲ ਕਰੇ ਸੀ ਤਾਂ ਕਿ ਬੰਦੀ ਸਿੰਘਾਂ ਦੀ ਰਾਇ ਕੀਤੀ ਜਾ ਸਕੇ ਜੀ। ਉਹਦੇ ਵਿੱਚ ਇਹਨਾਂ ਨੇ ਜਦੋਂ ਕਾਲ ਕੀਤੀ ਸਾਰਿਆਂ ਨੂੰ ਪ੍ਰਧਾਨ ਨੇ ਕਿਹਾ ਸੀ ਲਿਖਤੀ ਵੀ ਭੇਜਾਂਗੇ ਸਾਰਿਆਂ ਨੂੰ। ਉਹਦੇ ਵਿੱਚ ਚਲੋ ਕੁਛ ਜਿੱਥੇ ਬੰਦੀਆਂ ਆਈਆਂ ਕੁਛ ਨਹੀਂ ਆਈਆਂ ਤੇ ਪਰਮਜੀਤ ਸਿੰਘ ਸਰਮੇ ਨੇ ਸੰਬੋਧਨ ਕਰਦਿਆਂ ਕਿਹਾ ਸੀ 11 ਤਰੀਕ ਨੂੰ ਵੀ ਜਿਹੜੇ ਨਹੀਂ ਆਏ ਉਹ ਵੀ ਆਪਣੇ ਭਰਾ ਵਾ ਆਪਾਂ ਨੂੰ ਨਾਲ ਲੈ ਕੇ ਚੱਲੀਏ ਜੀ। ਉਹਦੇ ਵਿੱਚ ਅਧਿਕਾਰ ਦਿੱਤੇ ਸੀ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਵੀ ਤੁਸੀਂ ਇੱਕ ਕਮੇਟੀ ਬਣਾ ਦੇ। ਉਹਨਾਂ ਨੇ 9 ਮੈਂਬਰੀ ਕਮੇਟੀ ਬਣਾ ਦਿੱਤੀ ਜੀ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਆ ਪ੍ਰਧਾਨ ਧਾਮੀ ਆ ਫਿਰ ਸਿੰਘ ਸਿੰਘ ਮਾਨ ਆ ਬਾਬਾ ਤੋਮਾ ਵਾ ਹਰੀਆਂ ਵਾਲੇ ਬਾਬਾ ਜਿਹੜੇ ਨੇ ਨਿਹਾਲ ਸਿੰਘ ਹੋਈ ਉਹ ਨੇ ਫਿਰ ਜੀਕੇ ਆ ਕਾਲਕਾ ਵਾ ਸਰਨਾ ਵਾ ਬਾਬਾ ਦਾਦੂ ਸਾਰੇ ਨੇ ਸਭ। ਉਹ 9 ਮੈਂਬਰੀ ਕਮੇਟੀ ਸੀ ਲੇਕਿਨ 9 ਮੈਂਬਰੀ ਕਮੇਟੀ ਅਨਾਊਂਸ ਕਰਨ ਤੋਂ ਬਾਅਦ 2 ਮੈਂਬਰ ਚੋਹਰ ਪਾਏ ਨੇ ਜੀ। 2 ਮੈਂਬਰ ਪਾਏ ਨੇ ਇੱਕ ਪਟਨਾ ਸਾਹਿਬ ਦੇ ਪ੍ਰਧਾਨ ਜਿਹੜੇ ਨੇ ਅਵਤਾਰ ਸਿੰਘ ਹਿੱਤ ਤੇ ਇੱਕ ਹਜੂਰ ਸਾਹਿਬ ਦੇ ਪ੍ਰਧਾਨ ਜਿਹੜੇ ਭੁਪਿੰਦਰ ਸਿੰਘ ਬਨਿਆਸ ਉਹ ਪਾ ਕੇ 11 ਮੈਂਬਰੀ ਕੱਟ ਜੀ। ਹੋ ਸਕਦਾ ਜੀ ਹੋਈ ਪੈਜੈਂਟ ਕੋਈ ਗੱਲ ਨੀ ਪਾਲੂ ਜੀ ਨੇ ਬੜੇ ਕੋਈ ਗੱਲ ਨੀ ਇਹਦੀ 19 ਤਰੀਕ ਨੂੰ ਮੀਟਿੰਗ ਰੱਖੀ ਇਹਨਾਂ ਨੇ ਸਾਂਝੇ ਰੂਪ ਦੇ ਵਿੱਚ ਜੀ। ਪਰ ਮੈਂ ਇਹ ਗੱਲ ਕਹਿ ਦਿਆਂ ਭਾਵੇਂ ਲੋਕ ਕਹਿੰਦੇ ਜੀ ਅਕਾਲੀ ਦਲ ਬਾਦਲ ਨੂੰ ਸਟੈਂਕਸ਼ਨ ਕਰਦੀ ਨੂੰ ਮਰਜ਼ੀ ਹੋਵੇ ਜੀ ਬੰਦੀ ਸਿੰਘਾਂ ਦਾ ਮਾਮਲਾ ਬਿਲਕੁਲ ਸਾਂਝਾ ਮਾਮਲਾ ਇਹਦੀ ਗੱਲ ਹੋਣੀ ਚਾਹੀਦੀ ਹੈ। ਜੇ ਸਾਰੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਕੋਲ ਜਾਂਦੇ ਆ ਜੀ ਟਾਈਮ ਮਿਲ ਜਾਂਦਾ ਤੇ ਮੇਰੇ ਖਿਆਲ ਪ੍ਰਧਾਨ ਮੰਤਰੀ ਸਾਹਿਬ ਕਦੀ ਵੀ ਨਾ ਨਹੀਂ ਕਰਨਗੇ ਕਿਉਂਕਿ 2019 ਚ ਨੋਟੀਫਿਕੇਸ਼ਨ ਕਰ ਚੁੱਕੇ ਨੇ ਰਿਹਾ ਕਰਨ ਦਾ ਬਾਕੀ ਹੈਗਾ ਪਿਛਲੇ ਪਾਸੇ ਹੁਣ ਇਹ ਇਕੱਠੇ ਰਹਿੰਦੇ ਆ ਜਾਂ ਨਹੀਂ ਰਹਿੰਦੇ ਇਹ ਤੇ ਹੁਣ 19 ਤਰੀਕ ਨੂੰ ਮੀਟਿੰਗ ਹੋਣੀ ਹੈ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਉੱਭਰਦੀਆਂ ਇਹ ਉਦੋਂ ਪਤਾ ਲੱਗੂ। ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਮਿਹਰਬਾਨੀ ਸ਼ੁਕਰੀਆ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ ਦਾ ਸਮਾਂ ਤੇ ਬ੍ਰੇਕ ਤੋਂ ਬਾਅਦ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ। ਸੋ ਜਿਹੜੇ ਵੀਰ ਮੈਂ ਫਿਰ ਤੁਹਾਨੂੰ ਗੁਜ਼ਾਰਿਸ਼ ਕਰਦਾ ਕਿ ਤੁਸੀਂ
मेरे नाल राबता कायम रखना चाहुंदे हो तां तुहाडे नाल रूबरू होवांगे जी उत्थे कैलीफोर्निया दे विच सब तो पहला। सो बाई भरपूर जी होरां नाल तुसीं राबता कायम कर सकदे हो, नीता माछीके जी नाल राबता कायम कर सकदे हो, बाई गुरप्रीत निज्जर होरी ने उन्हां दा फोन नंबर मैं कल नूं तमाम जिहड़े जे अनाउंस कर दूंगा। सो जिवें जिवें जिथे जिथे जावांगे सो मैं वह कॉन्टैक्ट्स जिहड़े ने जी वह मैं तुहाडे तक शेयर कर दूंगा। सो प्रोग्राम दे विच इक ब्रेक का समय ते आपां ब्रेक तो जाण तो पहला कॉल ले लिए एक फिर गल करते हैं। सत श्री अकाल जी, 9164 ते आउंदे रहो, कौन सा बोल रहे हो, कित्थों बोल रहे हो जी? ਸਤਿ ਸ਼੍ਰੀ ਅਕਾਲ ਜੀ, ਅਸੀਂ ਵਿਨੀਪੈਗ ਤੋਂ ਗੱਲ ਕਰ ਰਹੇ ਹਾਂ ਜੀ। ਜੀ ਉਹਦੇ ਬਾਰੇ ਪੁੱਛਣਾ ਸੀਗਾ ਜੀ, ਆਪਣੇ ਏਰੀਏ 'ਚ ਭੱਤਿਓ ਮੰਡੀ MLA ਸਾਹਿਬ ਨੇ ਜੀ ਆਪਣੇ ਜਿਹੜੇ ਉਹਨਾਂ ਦੀ ਵੀਡੀਓ ਵਾਹਵਾ ਵਾਇਰਲ ਹੋ ਰਹੀ ਆ ਵੀ ਟ੍ਰਾਂਸਪੋਰਟ ਵਾਲਿਆਂ ਤੋਂ ਉਹਨਾਂ ਨੇ 65 ਲੱਖ ਰੁਪਏ ਦੀ ਕਰੌਤੀ ਮੰਗੀ ਆ, ਉਹਦੇ ਬਾਰੇ ਪੁੱਛਣਾ ਸੀਗਾ ਜੀ। ਉਹਨਾਂ ਨੇ ਆਪਦਾ ਸਪਸ਼ਟ ਆਪਾਂ ਕੀਤੀ ਸੀ ਬਾਈ ਜੀ, ਤੁਸੀਂ ਗੱਲ ਸੁਣੀ ਨਹੀਂ, ਪਰਸੋਂ ਚੌਥੇ ਆਪਾਂ ਕੀਤੀ ਸੀ ਬਾਈ ਬਖਤੌਰ ਸਿੰਘ ਢਿੱਲੋਂਹਰਾ ਨਾਲ, ਵੀ ਉਹਨਾਂ ਨੇ ਆਪਦਾ ਜਵਾਬ ਦਿੱਤਾ ਵੀ ਭਾਈ ਮੈਂ ਤਾਂ ਉੱਥੋਂ ਲੰਘਦਾ ਸੀ, ਮੇਰਾ ਕੋਈ ਰੌਲਾ ਰੱਪਾ ਨਹੀਂ ਉਹਨਾਂ ਦੇ ਨਾਲ, ਹੋਰ ਨਹੀਂ। ਠੀਕ ਹੈ ਜੀ, ਉਹਨਾਂ ਨੇ ਆਪਦਾ ਸਪਸ਼ਟੀਕਰਨ ਦਿੱਤਾ। ਸੋ ਜਿਹੜਾ ਉੱਥੇ ਜ਼ਰੂਰ ਇਹ ਕੰਮ ਤਾਂ ਤੁਹਾਨੂੰ ਵੀ ਪਤਾ ਵੀ ਇਹ ਟਰੱਕ ਜਦੋਂ ਸਪੈਸ਼ਲਾਂ ਲੱਗਦੀਆਂ ਨੇ, ਜਦੋਂ ਅਨਾਜ ਦੀ ਢੋਆ ਢੁਆਈ ਦੇ ਲਈ ਠੇਕੇ ਹੁੰਦੇ ਨੇ, ਉਦੋਂ ਕਾਫੀ ਰੌਲਾ ਰੱਪਾ ਪੈਂਦਾ ਜੀ ਇਸ ਚੀਜ਼ ਦੇ ਵਿੱਚ। ਜੀ ਸੋ ਮਿਹਰਬਾਨੀ ਜੀ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ,